ਆਪ ਲਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਮਾਰਿਓ ਕੰਬਰ ਬੇਗ ਜਬ, ਭਇਓ ਕਸ਼ਟ ਚਿਤ ਪੀਨ, ਲੱਲਾ ਬੇਗ ਆਂਸੂ ਗਿਰੇ, ਪ੍ਰਿਯ ਭਰਾਤਾ ਬਹੁਚੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨੂੰ ਅੱਜ ਹੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ। ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ। ਧੰਨ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਮਹਾਰਾਜ ਦੇ ਜੰਗ ਵਿੱਚ ਆਪਣੇ ਹੱਥੀਂ ਕਾਬਲ ਬੇਗ ਲੱਲਾ ਬੇਗ ਦਾ ਭਾਣਜਾ ਤੇਗ ਨਾਲ ਚੀਰ ਸੁੱਟਿਆ। ਇਹ ਦੁਨੀਆ ਦਾ ਇੱਕ ਮਹਾਨ ਯੋਧਾ ਮੰਨਿਆ ਜਾਂਦਾ ਸੀ। ਐਡਾ ਵੱਡਾ ਕੱਦ ਕਾਠ, ਐਡੀ ਬਾਡੀ, ਐਡਾ ਸਰੀਰ ਕਿਸੇ ਦਾ ਲੱਭਦਾ ਨਹੀਂ ਸੀ ਜਿਹੜਾ ਇਹ ਜਵਾਨ ਸੀ। ਬੜਾ ਮਾਣ ਸੀ ਇਸ ਨੂੰ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਿਆਂ ਫੜ ਕੇ ਲਿਆਵਾਂ ਜਾਂ ਗੁਰੂ ਸਾਹਿਬ ਦਾ ਸੀਸ ਲਿਆਵਾਂ। ਪਰ ਮਨ ਕੀ ਮਨ ਹੀ ਮਾਏ ਰਹੀ, ਨਾ ਗੁਰੂ ਸਾਹਿਬ ਨੂੰ ਮਾਰ ਸਕਿਆ ਅਤੇ ਨਾ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਸਕਿਆ, ਬਲਕਿ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ। ਲੱਲਾ ਬੇਗ ਨੇ ਕਾਬਲ ਬੇਗ ਦੀ ਮੌਤ ਦਾ ਬੜਾ ਦੁੱਖ ਮਨਾਇਆ ਅਤੇ ਆਪਣੇ ਛੋਟੇ ਭਾਈ ਕੰਬਰ ਬੇਗ ਨੂੰ ਯੁੱਧ ਵਿੱਚ ਭੇਜਿਆ, ਜਿਸ ਦਾ ਮੁਕਾਬਲਾ ਗੁਰੂ ਕੀ ਫੌਜ ਦੇ ਜਰਨੈਲ ਯੋਧੇ ਬਾਬਾ ਭਾਈ ਜੋਧ ਸ਼ਾਹ ਜੀ, ਜੋ ਕਾਂਗੜ ਦੇ ਰਾਜੇ ਸਨ, ਚੌਧਰੀ ਸਨ, ਉਹਨਾਂ ਨਾਲ ਹੋਇਆ। ਉਹਨਾਂ ਨੇ ਬਰਛੀ ਮਾਰ ਕੇ ਸਾਰ ਪਾਰ ਲੰਘਾ ਦਿੱਤੀ ਲੋਹੇ ਦੀ ਸਾਂਗ, ਅਤੇ ਕੰਬਰ ਬੇਗ ਵੀ ਬਹੁਤ ਵੱਡਾ ਸੂਰਮਾ ਲੱਲਾ ਬੇਗ ਦਾ ਛੋਟਾ ਭਾਈ ਮਾਰਿਆ ਗਿਆ। ਜਦੋਂ ਕੰਬਰ ਬੇਗ ਮਰਿਆ ਤਾਂ ਲੱਲਾ ਬੇਗ ਦੇ ਸਬਰ ਦਾ ਬੰਨ ਟੁੱਟ ਗਿਆ, ਉਹਦੀਆਂ ਅੱਖਾਂ 'ਚ ਹੰਝੂ ਆ ਗਏ, ਰੋਣ ਲੱਗ ਪਿਆ। ਤਾਂ ਉਸ ਦੇ ਹਾਲਤ ਨੂੰ, ਉਸਦੀ ਜੋ ਦਸ਼ਾ ਹੈ, ਉਹ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਬਿਆਨ ਕਰ ਰਹੇ ਨੇ। ਆਓ ਸਰਵਣ ਕਰੀਏ, ਮਨ ਬਿਰਤੀਆਂ ਇਕਾਗਰ ਕਰਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਰਿਓ ਕੰਬਰ ਬੇਗ ਜਬ, ਜਦੋਂ ਕੰਬਰ ਬੇਗ ਮਾਰ ਦਿੱਤਾ, ਭਇਓ ਕਸ਼ਟ ਚਿਤ ਪੀਨ, ਲੱਲਾ ਬੇਗ ਨੂੰ ਬੜਾ ਭਾਰੀ ਕਸ਼ਟ ਹੋਇਆ ਹੈ। ਲੱਲਾ ਬੇਗ ਆਂਸੂ ਗਿਰੇ, ਲੱਲਾ ਬੇਗ ਦੀਆਂ ਅੱਖਾਂ ਚੋਂ ਹੰਝੂ ਗਿਰ ਕੇ ਰੋਣ ਲੱਗ ਪਿਆ ਹੈ। ਪ੍ਰਿਯ ਭਰਾਤਾ ਬਹੁਚੀਨ, ਕੰਬਰ ਬੇਗ ਬੜਾ ਪਿਆਰਾ ਛੋਟਾ ਭਰਾ ਮਾਰਿਆ ਗਿਆ ਹੈ। ਪਾਦੜੀ ਛੰਦ ਤੇ ਸਿਮਰ ਸਿਮਰ ਗੁਣ ਕਹਿ ਵਿਸਾਲ, ਆਪਣੇ ਛੋਟੇ ਭਾਈ ਦੇ ਗੁਣਾਂ ਨੂੰ ਯਾਦ ਕਰ ਕਰਕੇ ਕੰਬਰ ਬੇਗ ਰੋਂਦਾ ਲੱਲਾ ਬੇਗ ਕਹਿੰਦਾ ਹੈ, ਗੁਜ਼ਰਿਓ ਬਿਲੰਦ ਅਚਰਜ ਕਰਾਲ, ਕਹਿਣ ਲੱਗਾ ਬਹੁਤ ਸਾਡੇ ਤੇ ਹੋਣੀ ਵਰਤ ਗਈ ਹੈ, ਬੜੀ ਕਰਾਲ ਹੋਣੀ ਵਰਤੀ ਹੈ ਸਾਡੇ ਉੱਤੇ। ਮਨ ਲਖੈ ਕੌਣ ਇਹ ਰੀਤ ਹੋਵੇ, ਕੋਈ ਮਨ ਚ ਸੋਚ ਵੀ ਨਹੀਂ ਸਕਦਾ ਵੀ ਏਦਾਂ ਵੀ ਸਾਡੇ ਨਾਲ ਹੋਵੇਗੀ। ਗਿਰ ਭਾਰ ਧਰੈ ਨਰ ਹੱਥ ਕੋਏ, ਏਦਾਂ ਦੀ ਵੱਡੀ ਗੱਲ ਲੱਗਦੀ ਹੈ ਜਿਵੇਂ ਕੋਈ ਬੰਦਾ ਕਵੇ ਵੀ ਮੈਂ ਹੱਥ ਤੇ ਪਹਾੜ ਚੁੱਕ ਲੈ, ਅਸੰਭਵ ਬਾਤ ਹੈ। ਜਿਵੇਂ ਕਦੀ ਹੱਥ ਤੇ ਪਹਾੜ ਨਹੀਂ ਚੁੱਕਿਆ ਜਾ ਸਕਦਾ ਬੰਦੇ ਕੋਲੋਂ, ਜਿਵੇਂ ਕੋਈ ਬੰਦਾ
ਪਹਾੜ ਆਪਣੇ ਹੱਥ 'ਤੇ ਚੁੱਕਣਾ ਕਵੇ ਤਾਂ ਉਹ ਗੱਲ ਮੰਨਣ 'ਚ ਨਹੀਂ ਆਉਂਦੀ। ਇਸੇ ਤਰ੍ਹਾਂ ਇਹ ਗੱਲ ਵੀ ਮੰਨਣ 'ਚ ਨਹੀਂ ਆਉਂਦੀ। ਲਸ਼ਕਰ ਵਿਸਾਲ ਮਮ ਸੰਗ ਆਏ, ਆ ਮੇਰਾ ਐਡਾ ਵੱਡਾ ਲਸ਼ਕਰ, ਐਡੀਆਂ ਵੱਡੀਆਂ ਫੌਜਾਂ, ਇਹ ਗੁਰੂ ਨੇ ਇੱਕੋ ਹੱਥ 'ਤੇ ਚੱਕ ਕੇ ਪਟਕ ਦਿੱਤੀਆਂ ਹਨ, ਮਾਰ ਦਿੱਤੀਆਂ ਹਨ। ਵਰਿਆਮ ਬੀਰ ਬਹੁ ਬ੍ਰਿੰਦ ਧਾਏ, ਬੜੇ ਬੜੇ ਸੂਰਮੇ ਵਰਿਆਮ ਜੰਗੀ ਜਰਨੈਲ ਮੇਰੇ ਨਾਲ ਲਾਹੌਰੋਂ ਚੱਲ ਕੇ ਆਏ ਸੀ। ਜੋ ਸ਼ਾਹੋ ਨਿਕਟ ਆਛੋ ਕਹਾਏ, ਜਿਹੜੇ ਬਾਦਸ਼ਾਹ ਦੀ ਕਚਹਿਰੀ ਦਾ ਸ਼ਿੰਗਾਰ ਸੀਗੇ, ਬੜੇ ਬੜੇ ਆਲਾ ਅਫਸਰ ਸਨ, ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ, ਜਿਨ ਕਰੇ ਜੰਗ ਨਿਤ ਭਿਰਨ ਚਾਏ, ਜਿਨ੍ਹਾਂ ਨੇ ਬੜੇ ਬੜੇ ਵੱਡੇ ਯੁੱਧ ਕੀਤੇ, ਜਿਨ੍ਹਾਂ ਜਿਨ੍ਹਾਂ ਨੂੰ ਰੋਜ਼ ਹੀ ਜੰਗ ਦਾ ਚਾਹ ਚੜਿਆ ਰਹਿੰਦਾ ਸੀ, ਜਿਹੜੇ ਕਦੀ ਜੰਗ ਦੇ ਨਾਂ ਤੋਂ ਡਰੇ ਨਹੀਂ ਸਨ, ਬਲਕਿ ਜੰਗ ਦਾ ਨਾਂ ਸੁਣ ਕੇ ਖੁਸ਼ ਹੁੰਦੇ ਸਨ। ਬੜ ਦਰ ਬਚਾ ਕਰੀ ਲੇ ਤਨੀਤ, ਜਿਹੜੇ ਬਾਦਸ਼ਾਹ ਕੋਲੋਂ ਤਨਖਾਹਾਂ ਲੈਂਦੇ ਸਨ, ਨੌਕਰੀਆਂ ਲੈਂਦੇ ਸਨ, ਬਹੁ ਲਖਹਿ ਦਾਏ ਅਰ ਜੰਗ ਰੀਤ, ਔਰ ਜੰਗ ਦੀਆਂ ਬੜੀਆਂ ਨੀਤੀਆਂ ਜਾਣਦੇ ਸਨ, ਦਾ ਪੇਚ ਲੜਾਈ ਦੇ ਸਾਰੇ ਜਾਣਦੇ ਸਨ। ਇਤ ਆਏ ਸਰਬ ਨੇ ਦੀਨ ਪ੍ਰਾਨ, ਪਰ ਇੱਥੇ ਆ ਕੇ ਸਾਰੇ ਕਿਉਂ ਮਾਰੇ ਗਏ? ਐਡੇ ਐਡੇ ਜੰਗਾਂ ਦੇ ਜੇਤੂ ਇੱਥੇ ਗੁਰੂ ਹਰਗੋਬਿੰਦ ਦੇ ਨਾਲ ਲੜ ਕੇ ਹਾਰ ਗਏ, ਮਾਰੇ ਗਏ। ਗੁਰ ਨਿਕਟ ਸੈਨ ਪਟ ਅਲਪ ਜਾਨ, ਗੁਰੂ ਦੇ ਕੋਲ ਫੌਜ ਵੀ ਥੋੜੀ ਸੀ, ਸਾਡੀ ਫੌਜ ਦੇ ਸਾਹਮਣੇ ਤੇ ਗੁਰੂ ਦੀ ਫੌਜ ਆਟੇ ਚ ਲੂਣ ਵੀ ਨਹੀਂ ਸੀ। ਇਹ ਭਇਓ ਕਹਾਂ ਨਹ ਜਾਣ ਜਾਏ, ਇਹ ਕੀ ਜਾਣੀਏ ਕੀ ਭਾਣਾ ਵਰਤ ਗਿਆ, ਯਾ ਖੁਦਾ ਇਹ ਕੀ ਹੋ ਗਿਆ ਹੈ। ਕਿਮ ਮਰੇ ਸਰਬ ਤਨ ਕਾਏ ਖਾਏ, ਕਿਵੇਂ ਐਡੇ ਵੱਡੇ ਸੂਰਮੇ ਐਡੇ ਐਡੇ ਯੋਧੇ ਜ਼ਖਮ ਖਾ ਕੇ ਸੱਟਾਂ ਖਾ ਕੇ ਮਰ ਗਏ ਹਨ। ਅਬ ਜੀਤ ਆਸ ਕਿਸ ਕੇ ਭਰੋਸ, ਹੁਣ ਮੈਂ ਕਿਹਦੇ ਆਸਰੇ ਤੇ ਜੰਗ ਲੜਾਂ, ਹੁਣ ਜਿੱਤ ਦੀ ਆਸ ਕਿਹਦੇ ਤੇ ਰੱਖਾਂ, ਕਿਉਂਕਿ ਕਾਬਲ ਬੇਗ ਵੀ ਮਾਰਿਆ ਗਿਆ ਤੇ ਕੰਬਰ ਬੇਗ ਵੀ ਮਾਰਿਆ ਗਿਆ। ਉਹ ਕਰੋ ਯਤਨ ਨਹ ਹੋਤ ਹੋਸ਼, ਹੁਣ ਮੈਨੂੰ ਹੋਸ਼ ਹੀ ਨਹੀਂ, ਮੈਂ ਕੀ ਕਰਾਂ, ਕੋਈ ਸਮਝ ਨਹੀਂ ਆਉਂਦੀ, ਕੋਈ ਦਿਮਾਗ ਵਿੱਚ ਗੱਲ ਨਹੀਂ ਆਉਂਦੀ, ਕੋਈ ਤਰਕੀਬ ਨਹੀਂ ਆਉਂਦੀ, ਦਿਮਾਗ ਸੁੰਨ ਹੋ ਗਿਆ। ਸਾਧ ਸੰਗਤ ਜੀ, ਸ਼ੋਕ ਹੈ ਨਾ ਜਿਹੜਾ, ਸ਼ੋਕ ਕਿਸੇ ਬੰਦੇ ਦੀ, ਕਿਸੇ ਸੱਜਣ ਮਿੱਤਰ ਦੋਸਤ ਦੀ, ਧੀ ਪੁੱਤਰ ਦੀ ਮੌਤ ਹੋ ਜਾਵੇ, ਉਦੋਂ ਬੰਦੇ ਨੂੰ ਆ ਕੇ ਸ਼ੋਕ ਵਿਆਪਦਾ ਹੈ। ਜਦੋਂ ਬੰਦੇ ਨੂੰ ਸ਼ੋਕ ਹੁੰਦਾ, ਉਦਾਸ ਹੋ ਜਾਂਦਾ ਬੰਦਾ, ਉਸ ਵੇਲੇ ਉਹਦਾ ਦਿਮਾਗ, ਉਹਦੇ ਸਰੀਰ ਦੇ ਹੱਥ ਪੈਰ ਸੁੰਨ ਹੋ ਜਾਂਦੇ, ਜਿਵੇਂ ਕਹਿ ਲਓ ਵੀ ਫਰਿੱਜ ਹੋ ਜਾਂਦੇ, ਉਹ ਕੁਛ ਨਹੀਂ ਬੋਲ ਸਕਦਾ, ਫਿਰ ਨਾ ਉਹਨੂੰ ਸਮਝ ਆਵੇ ਮੈਂ ਕੀ ਕਰਾਂ। ਸ਼ੋਕ ਜਿਹੜਾ ਬੰਦੇ ਨੂੰ ਸੁੰਨ ਕਰ ਦਿੰਦਾ, ਸ਼ੋਕ ਦੇ ਨਾਲ ਸ਼ੋਕਾ ਤੁਰ ਹੋਇਆ ਲੱਲਾ ਬੇਗ ਸੁੰਨ ਮੁੰਨ ਹੋ ਗਿਆ ਹੈ। ਲਗ ਭਰਾਤ ਹੁਤੋ ਕੰਬਰ ਦਨਾਏ, ਕਹਿੰਦੇ ਮੇਰਾ ਛੋਟਾ ਭਰਾ ਕੰਬਰ ਬੇਗ ਬੜਾ ਸਿਆਣਾ ਸੀ, ਬੜੀਆਂ ਜੰਗਾਂ ਜਿੱਤੀਆਂ ਸਨ ਉਸਨੇ, ਸਭ ਲੜਨ ਭੇਤ ਦੇ ਤੋ ਬਤਾਏ, ਉਹ ਲੜਾਈ ਦੇ ਭੇਤ ਦੱਸਦਾ ਸੀ, ਕੋਈ ਗੱਲ ਹੁੰਦੀ ਚੰਗੀ ਸਲਾਹ ਦਿੰਦਾ ਸੀ ਜੰਗ ਦੇ ਵਿੱਚ। ਅਸ ਕਹਿ ਕੌਣ ਹੈ ਭਰਾਤ ਆਏ, ਹੇ ਮੇਰੇ ਵੀਰ ਕੰਬਰ ਬੇਗ ਤੂੰ ਕਿੱਥੇ ਚਲਾ ਗਿਆ, ਹੇ ਵੀਰਾ ਤੂੰ ਮੈਨੂੰ ਛੱਡ ਕੇ ਕਿੱਥੇ ਤੁਰ ਗਿਆ, ਹੁਣ ਤੇਰੇ ਤੋਂ ਬਿਨਾਂ ਮੈਨੂੰ ਕੌਣ ਆ ਕੇ ਸਲਾਹਾਂ ਦੇਵੇਗਾ। ਤੁਝ ਬਿਨਾਂ ਮੋਹੇ ਨਹ ਲੜਨ ਦਾਏ, ਓਏ ਕੰਬਰ ਬੇਗ ਤੇਰੇ ਤੋਂ ਬਿਨਾਂ ਮੈਨੂੰ ਲੜਾਈ ਦੇ ਦਾ ਵੀ ਭੁੱਲ ਗਏ ਨੇ, ਹੁਣ ਤਾਂ ਮੇਰੇ ਹੱਥ ਪੈਰ ਸੁੰਨ ਹੋ ਗਏ ਨੇ, ਮੇਰਾ ਦਿਮਾਗ ਸੁੰਨ ਹੋ ਗਿਆ ਹੈ, ਮੈਨੂੰ ਧਰਤੀ ਅਸਮਾਨ ਦਾ ਹੁਣ ਕੋਈ ਪਤਾ ਨਹੀਂ ਰਿਹਾ, ਮੇਰੇ ਭਰਾਵਾ ਉਹ ਮੇਰੇ ਵੀਰਾ
ਤੂੰ ਮੈਨੂੰ ਕਿੱਥੇ ਛੱਡ ਕੇ ਚਲਾ ਗਿਆ ਹੈ। ਸੁਣ ਕਾਸਮ ਬੇਗ ਸੋ ਸ਼ਮਸ ਬੇਗ, ਲਲਾ ਬੇਗ ਦਾ ਇਹ ਰੋਣਾ ਧੋਣਾ ਜਦੋਂ ਕਾਸਮ ਬੇਗ ਤੇ ਸ਼ਮਸ ਬੇਗ ਲਲਾ ਬੇਗ ਦੇ ਪੁੱਤਰਾਂ ਨੇ ਸੁਣਿਆ। ਬੋਲੇ ਬਿਲੰਦ ਕਹਿ ਹੱਥ ਤੇਗ, ਹੱਥ ਵਿੱਚ ਤੇਗ ਲੈ ਕੇ ਦੋਵੇਂ ਭਰਾ ਇਉਂ ਬੋਲੇ, ਇਹ ਨਹੀਂ ਲਾਇਕੀ ਤੋਹੇ ਕੇਰੋ। ਹੇ ਪਿਤਾ ਜੀ, ਅੱਬਾ ਜੀ, ਇਹ ਗੱਲ ਹੁਣ ਤੁਹਾਨੂੰ ਯੋਗ ਨਹੀਂ ਹੈ। ਇੱਦਾਂ ਮੈਦਾਨੇ ਜੰਗ 'ਚ ਹੌਸਲਾ ਹਾਰ ਜਾਓਗੇ, ਰੋਣ ਪਿੱਟਣ ਲੱਗ ਜਾਓਗੇ, ਅਤੇ ਆਹ ਜਿਹੜੀ ਆਪਣੀ ਥੋੜ੍ਹੀ ਬਚੀ ਖੁਚੀ ਫੌਜ ਹੈ ਇਹਦਾ ਵੀ ਹੌਸਲਾ ਟੁੱਟ ਜਾਏਗਾ, ਫਿਰ ਇਹ ਵੀ ਨਹੀਂ ਲੜ ਸਕੇਗੀ। ਜਬ ਚੜਿਓ ਸ਼ਾਹੋ ਤੇ ਹੋਏ ਦਲੇਰ, ਜਦੋਂ ਆਪਾਂ ਬਾਦਸ਼ਾਹ ਦੀ ਕਚਹਿਰੀ 'ਚੋਂ ਪਾਨਾਂ ਦਾ ਬੀੜਾ ਚੁੱਕ ਲਿਆ, ਤੇਗ ਚੁੱਕ ਲਈ ਤੇ ਬੀੜਾ ਉਠਾ ਕੇ ਤੁਰ ਪਏ। ਵਿੱਚ ਸਭਾ ਤੇਗ ਬੀੜਾ ਉਠਾਏ, ਬਾਦਸ਼ਾਹ ਦੀ ਕਚਹਿਰੀ ਸ਼ਾਹਜਹਾਨ ਦੇ ਦਰਬਾਰ ਵਿੱਚ ਬੀੜਾ ਚੁੱਕਿਆ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਾਂਗੇ ਜਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਨ ਕੇ ਲਿਆਵਾਂਗੇ। ਉਮਰਾਵ ਬ੍ਰਿੰਦ ਦੇ ਖਤ ਬਡਾਏ, ਉਸ ਵੇਲੇ ਬੜੇ ਬੜੇ ਉਮਰਾਵ ਬੜੇ ਬੜੇ ਅਫਸਰ ਦੇਖ ਰਹੇ ਸਨ। ਬਾਦਸ਼ਾਹ ਦੀ ਕਚਹਿਰੀ ਭਰੀ ਹੋਈ ਸੀ, ਵੱਖਰੇ ਵੱਖਰੇ ਸੂਬਿਆਂ ਦੇ ਸੂਬੇਦਾਰ ਉੱਥੇ ਹਾਜ਼ਰ ਸਨ, ਬਾਦਸ਼ਾਹ ਦੀਆਂ ਫੌਜਾਂ ਦੇ ਬੜੇ ਬੜੇ ਜੰਗੀ ਸਿਪਾਹ ਸਲਾਰ ਯੋਧੇ ਜਰਨੈਲ ਜਨਰਲ ਕਰਨਲ ਉੱਥੇ ਹਾਜ਼ਰ ਸਨ। ਸੋ ਜੇ ਉਹਨਾਂ ਦੇ ਸਾਹਮਣੇ ਬੀੜਾ ਚੁੱਕਿਆ ਤੇ ਸਾਨੂੰ ਫਿਰ ਏਦਾਂ ਹੁਣ ਹੌਸਲਾ ਨਹੀਂ ਢਾਣਾ ਚਾਹੀਦਾ। ਸਿਰੋ ਪਾਓ ਦੀਨ ਸਭ ਤੇ ਵਧਾਏ, ਬਾਦਸ਼ਾਹ ਦੀ ਕਚਹਿਰੀ 'ਚ ਤੁਹਾਡਾ ਸਨਮਾਨ ਹੋਇਆ, ਸਭ ਤੋਂ ਜ਼ਿਆਦਾ ਆਦਰ ਤੁਹਾਡਾ ਹੋਇਆ, ਸਿਰੋਪੇ ਤੁਹਾਨੂੰ ਮਿਲੇ ਹਨ। ਨਿਜ ਮੁੱਖ ਸਲਾਹ ਹਜ਼ਰਤ ਪਠਾਏ, ਆ ਬਾਦਸ਼ਾਹ ਨੇ ਤੁਹਾਡੀ ਬੜੀ ਤਾਰੀਫ ਕੀਤੀ ਆਪਣੇ ਮੂੰਹ ਤੋਂ, ਵੀ ਤੂੰ ਬੜਾ ਵੱਡਾ ਯੋਧਾ ਹੈ, ਬੜਾ ਵੱਡਾ ਸਿਆਣਾ ਜਰਨੈਲ ਹੈ, ਅਤੇ ਬੜੀ ਉਮੀਦ ਨਾਲ ਬਾਦਸ਼ਾਹ ਨੇ ਤੁਹਾਨੂੰ ਇਸ ਕੰਮ 'ਤੇ ਪਿਤਾ ਜੀ ਤੋਰਿਆ ਹੈ। ਜਿਹ ਸ਼ਾਹੋ ਹਮੈ ਸੂਬੇ ਬਣਾਏ, ਜਿਸ ਬਾਦਸ਼ਾਹ ਸ਼ਾਹਜਹਾਨ ਨੇ ਸਾਨੂੰ ਸੂਬੇਦਾਰੀਆਂ ਦਿੱਤੀਆਂ ਨੇ, ਕਾਬਲ ਦਾ ਸੂਬੇਦਾਰ ਤੁਹਾਨੂੰ ਬਣਾਇਆ ਹੈ ਪਿਤਾ ਜੀ। ਦੌਲਤ ਬਿਲੰਦ ਜਿਸ ਪਾਸ ਪਾਏ, ਜਿਸ ਬਾਦਸ਼ਾਹ ਦੇ ਕੋਲ ਬਹੁਤ ਦੌਲਤਾਂ ਨੇ, ਖਜ਼ਾਨੇ ਨੇ, ਕੋਈ ਅੰਤ ਨਹੀਂ ਬਾਦਸ਼ਾਹ ਦੇ ਖਜ਼ਾਨਿਆਂ ਦਾ। ਸਮੁਦਾਇਤ ਰੰਗਮ ਅਰਮ ਤੰਗ, ਜਿਸ ਬਾਦਸ਼ਾਹ ਨੇ ਸਾਨੂੰ ਘੋੜੇ ਦਿੱਤੇ ਨੇ, ਹਾਥੀ ਦਿੱਤੇ ਨੇ, ਦੌਲਤਾਂ ਦਿੱਤੀਆਂ ਨੇ, ਉੱਚੇ ਅਹੁਦੇ ਤੇ ਮਨਸਬਦਾਰੀਆਂ ਦਿੱਤੀਆਂ ਨੇ। ਲਸ਼ਕਰ ਤਮਾਮ ਕਹਿ ਕੀਨ ਸੰਗ, ਔਰ ਇੰਨੀ ਫੌਜ 35,000 ਫੌਜ ਦਿੱਤੀ ਹੈ, ਖਰਚਾ ਜੰਗ ਦਾ ਦਿੱਤਾ, ਅਸਲਾ ਦਿੱਤਾ, ਬੰਦੂਕਾਂ ਤੋਪਖਾਨੇ ਦਿੱਤੇ ਹਨ। ਇਹ ਸ਼ਾਹੋ ਬਾਜ਼ ਕੇ ਲੈਣ ਕਾਜ, ਉਸ ਬਾਦਸ਼ਾਹ ਦੇ ਘੋੜੇ ਲੈਣ ਵਾਸਤੇ ਅਸੀਂ ਇੱਥੇ ਆਏ ਹਾਂ, ਜਿਹੜਾ ਬਾਦਸ਼ਾਹ ਸਾਨੂੰ ਇੰਨਾ ਕੁਝ ਦੇ ਰਿਹਾ ਉਹਦੇ ਵਾਸਤੇ ਲੜ ਕੇ ਮਰ ਜਾਣਾ ਸਾਡਾ ਫਰਜ਼ ਹੈ। ਕਹਿ ਰਵਾਂ ਕੀਨ ਬੜ ਦੇ ਸਮਾਜ, ਬਾਦਸ਼ਾਹ ਨੇ ਤੁਹਾਨੂੰ ਰਵਾਨਗੀ ਦਿੱਤੀ, ਬਹੁਤ ਸਾਰਾ ਸਾਜੋ ਸਮਾਨ ਤੋਪਖਾਨੇ ਤੇ ਫੌਜਾਂ ਦੇ ਕੇ ਭੇਜਿਆ ਹੈ। ਅਬ ਨਿਮਕ ਹਰਾਮ ਬਨ ਬੋ ਨਾਨੀਕ, ਹੇ ਪਿਤਾ ਜੀ, ਹੁਣ ਜਿਹਦਾ ਲੂਣ ਖਾਈਏ ਉਹਦੇ ਵਾਸਤੇ ਮਾਰਗ ਮਿਟਣਾ ਚਾਹੀਦਾ ਹੈ, ਜੇ ਆਪਾਂ ਬਾਦਸ਼ਾਹ ਦਾ ਲੂਣ ਖਾ ਕੇ ਹਰਾਮ ਕਰਾਂਗੇ ਉਹ ਗੱਲ ਸਾਡੇ ਵਾਸਤੇ ਠੀਕ ਨਹੀਂ ਰਹੇਗੀ। ਇਹ ਕਰਨ ਕਾਜ ਇਹ ਬਾਤ ਠੀਕ, ਉਹਦੇ ਵਾਸਤੇ ਸਾਨੂੰ ਮਰ ਮਿਟਣਾ ਚਾਹੀਦਾ, ਇਹੀ ਗੱਲ ਠੀਕ ਹੈ ਵੀ ਅਸੀਂ ਬਾਦਸ਼ਾਹ ਦਾ ਕੰਮ ਕਰੀਏ। ਸ਼੍ਰੀ ਹਰਗੋਬਿੰਦ ਕੋ ਗੁਹ ਹੋਤਾਏ, ਚਲੋ ਪਿਤਾ ਜੀ ਆਪਾਂ ਅੱਗੇ ਵਧੀਏ, ਹੌਸਲਾ ਕਰੋ,
ਜੰਗ 'ਚ ਮਰਨਾ ਮਾਰਨਾ ਹੀ ਹੁੰਦਾ, ਅਸੀਂ ਕਿਹੜਾ ਉਹਨਾਂ ਨੂੰ ਛੱਡਣ ਆਏ ਹਾਂ, ਅਸੀਂ ਮਾਰਨ ਹੀ ਆਏ ਹਾਂ। ਜੇ ਉਹਨਾਂ ਨੇ ਲੜਾਈ 'ਚ ਸਾਡੇ ਬੰਦੇ ਮਾਰਤੇ ਤਾਂ ਇਹਦਾ ਸਾਨੂੰ ਮਣਕ ਨਹੀਂ ਹੋਣਾ ਚਾਹੀਦਾ, ਬਲਕਿ ਹੌਂਸਲਾ ਰੱਖ ਕੇ ਗੁਰੂ ਨੂੰ ਮਾਰੀਏ, ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕਰੀਏ, ਗੁਰੂ ਨੂੰ ਗ੍ਰਿਫਤਾਰ ਕਰਕੇ ਪਕੜ ਕੇ ਲੈ ਚੱਲੀਏ। ਕਹਿ ਸ਼ਸਤਰ ਸੰਗ ਰਿਪ ਜੰਗ ਥਾਈ, ਕਹਿੰਦੇ ਮੈਦਾਨੇ ਜੰਗ ਦੇ ਵਿੱਚ ਸ਼ਸਤਰ ਲੈ ਕੇ ਆਪਾਂ ਜਾਂ ਤਾਂ ਗੁਰੂ ਨੂੰ ਮਾਰੀਏ ਜਾਂ ਮਰ ਜਾਈਏ। ਦੋਨੋਂ ਹੋ ਤਾਂ ਰੰਗ ਪ੍ਰਿਯ ਸ਼ਾਹ ਹੋ ਜੋਏ, ਜਿਹੜੇ ਬਾਦਸ਼ਾਹ ਦੇ ਦੋ ਪਿਆਰੇ ਘੋੜੇ ਦਿਲਬਾਗ ਤੇ ਗੁਲਬਾਗ, ਉਹ ਆਪਾਂ ਵਾਪਸ ਲੈ ਕੇ ਚੱਲਣੇ ਨੇ ਗੁਰੂ ਕੋਲੋਂ। ਲੈ ਕਰ ਮਿਲਾ ਹੋ ਤਬ ਨੀਕ ਹੋਏ, ਜਦੋਂ ਆਪਾਂ ਦੋਵੇਂ ਘੋੜੇ ਲੈ ਕੇ ਬਾਦਸ਼ਾਹ ਦੀ ਕਚਹਿਰੀ 'ਚ ਜਾਵਾਂਗੇ, ਬਾਦਸ਼ਾਹ ਸਾਨੂੰ ਜਿਹੜੀਆਂ ਬਖਸ਼ਿਸ਼ਾਂ ਦੇਵੇਗਾ, ਜਿਹੜੀਆਂ ਨਿਆਮਤਾਂ ਦੇਵੇਗਾ, ਉਹ ਸਾਡੇ ਸਾਰੇ ਦੁੱਖ ਭੁਲਾ ਦੇਣਗੀਆਂ। ਇਮ ਨਹੀਂ ਬਣੇ ਤਬ ਦੇਹੋ ਪ੍ਰਾਨ, ਇਸ ਕਰਕੇ ਭਰਾ ਪਿਤਾ ਜੀ ਵੀ ਤੁਹਾਨੂੰ ਹੁਣ ਇਸ ਤਰ੍ਹਾਂ ਉਦਾਸ ਹੋ ਕੇ ਆਪਣਾ ਆਪ ਇਸ ਤਰ੍ਹਾਂ ਨਹੀਂ ਢਾਰੀ ਢੇਰੀ ਢਾਣੀ ਚਾਹੀਦੀ, ਬਲਕਿ ਅੱਗੇ ਵਧਣਾ ਚਾਹੀਦਾ। ਜਾਂ ਤਾਂ ਜੰਗ ਫਤਿਹ ਕਰੀਏ ਜਾਂ ਆਪ ਵੀ ਆਪਾਂ ਮਾਰੇ ਜਾਈਏ। ਰਣ ਲੜਨ ਮਰਨ ਹਮਰੋ ਇਮਾਨ, ਕਿਉਂਕਿ ਸਾਡਾ ਜੰਗੀ ਜਰਨੈਲਾਂ ਦਾ ਕੰਮ ਹੈ ਲੜਨਾ ਮਰਨਾ ਮਾਰਨਾ, ਇਹ ਸਾਡਾ ਇਮਾਨ ਹੈ, ਸਾਡਾ ਧਰਮ ਹੈ। ਸੂਰਮੇ ਦਾ ਕੰਮ ਹੈ ਯੁੱਧ ਵਿੱਚ ਜੂਝਣਾ, ਹੋਰ ਕੰਮ ਨਹੀਂ ਹੁੰਦਾ ਕੋਈ ਫੌਜੀ ਨੂੰ, ਮਰਨਾ ਤੇ ਮਾਰਨਾ ਹੀ ਹੁੰਦਾ ਹੈ। ਸੁਣ ਲਲਾ ਬੇਗ ਮਨ ਮੈਂ ਵਿਚਾਰ, ਪੁੱਤਰਾਂ ਦੀ ਗੱਲ ਸੁਣ ਕੇ ਲਲਾ ਬੇਗ ਸੋਚਣ ਲੱਗਾ, ਇਸ ਸਮੇਂ ਇਨਹੋ ਆਛੀ ਉਚਾਰ, ਇਹ ਹੁਣ ਸਮਾਂ ਜਿਹੜੀ ਗੱਲ ਮੇਰੇ ਪੁੱਤਰ ਕਹਿ ਰਹੇ ਨੇ ਇਸ ਸਮੇਂ ਇਹੀ ਗੱਲ ਚੰਗੀ ਹੈ, ਹੁਣ ਹੋਰ ਕੋਈ ਚਾਰਾ ਹੀ ਨਹੀਂ, ਹੋਰ ਕੋਈ ਰਸਤਾ ਹੀ ਨਹੀਂ, ਕਿੱਧਰ ਜਾਈਏ ਕੀ ਕਰੀਏ। ਅਬ ਮਰਹੋ ਆਪ ਕਹਿ ਲੈ ਹੋ ਮਾਰ, ਹੁਣ ਜਾਂ ਮੈਂ ਆਪ ਮਰ ਜਾਵਾਂਗਾ ਤੇ ਜਾਂ ਗੁਰੂ ਹਰਗੋਬਿੰਦ ਨੂੰ ਮਾਰ ਦਿਆਂਗਾ। ਇਸ ਤੇ ਸੋ ਭਲੀ ਨਹਿ ਅਪਰਕਾਰ, ਇਸ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੈ। ਨਿਜ ਪਹੁੰਚ ਆਂਖ ਹੋਇਓ ਸੁਚੇਤ, ਆਪਣੇ ਪੱਲੂ ਨਾਲ ਆਪਣੇ ਹੰਝੂ ਪੂੰਝ ਲੈ, ਅੱਖਾਂ ਪੂੰਝ ਕੇ ਲਲਾ ਬੇਗ ਸੁਚੇਤ ਹੋਇਆ। ਉਨ ਪਹਿਓ ਤਿਆਰ ਲਰ ਬੇ ਸੋਹੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਫੌਜਾਂ ਨਾਲ ਯੁੱਧ ਕਰਨ ਲਈ ਤਿਆਰ ਹੋਇਆ ਹੈ। ਪਕੜੀ ਕਮਾਨ ਕਰੀ ਮਹਾਨ, ਬੜੀ ਕਰੜੀ ਕਮਾਨ ਪਕੜ ਲਈ ਹੈ, ਲਲਾ ਬੇਗ ਨੇ ਮੋਢੇ ਤੋਂ ਤੀਰ ਕਮਾਨ ਉਤਾਰਿਆ ਹੈ। ਪਿਖ ਕਾਸਮ ਬੇਗ ਕੀ ਨਸਬ ਖਾਨ, ਔਰ ਉਹਦੀ ਤਿਆਰੀ ਦੇਖ ਕੇ ਪੁੱਤਰ ਕਾਸਮ ਬੇਗ ਲਲਾ ਬੇਗ ਦਾ ਵੱਡਾ ਪੁੱਤਰ ਕਹਿਣ ਲੱਗਾ, ਤੁਮ ਰਹੋ ਪੀਠ ਪਰ ਜ਼ੋਰ ਪਾਏ, ਪਿਤਾ ਜੀ ਤੁਸੀਂ ਮੇਰੀ ਪਿੱਠ ਤੇ ਥਾਪੀ ਦਿਓ, ਤੁਸੀਂ ਮੇਰੇ ਪਿੱਛੇ ਜ਼ੋਰ ਪਾਓ ਪੂਰਾ। ਹਮ ਲੜਹਿ ਜੰਗ ਅੱਗੇ ਸਿਧਾਈ, ਮੈਂ ਜਾਵਾਂਗਾ ਅੱਗੇ ਗੁਰੂ ਨਾਲ ਲੜਨ ਵਾਸਤੇ। ਹਿਮ ਲਲਾ ਬੇਗ ਠਹਿਰਾਏ ਪਾਂਚ, ਲਲਾ ਬੇਗ ਨੂੰ ਪਿੱਛੇ ਰੋਕ ਕੇ ਜੁਗ ਪ੍ਰਹਾਤ ਚਲੇ ਲੜ ਬੇ ਸੁਬਾਂਚ, ਕਾਸਮ ਬੇਗ ਤੇ ਸ਼ਮਸ਼ ਬੇਗ ਦੋਵੇਂ ਭਰਾ, ਲਲਾ ਬੇਗ ਦੇ ਦੋਵੇਂ ਪੁੱਤਰ ਅੱਗੇ ਨੂੰ ਵਧੇ ਹਨ। ਦੁੰਦਬ ਬਜਾਏ ਉਤਸ਼ਾਹ ਹੋ ਕੀਨ, ਨਗਾਰਾ ਬਜਾ ਕੇ ਕਾਸਮ ਬੇਗ ਤੇ ਸ਼ਮਸ਼ ਬੇਗ ਬੜੇ ਉਤਸ਼ਾਹ ਨਾਲ ਯੁੱਧ ਕਰਨ ਚੱਲੇ ਹਨ। ਬਾਜੀ ਨਚਾਏ ਰਸ ਬੀਰ ਭੀਨ, ਕਹਿੰਦੇ ਆਪਣੇ ਘੋੜੇ ਨਚਾ ਕੇ ਬੀਰ ਰਸ ਵਿੱਚ ਭਿਜੇ ਹੋਏ ਦੋਵੇਂ ਸੂਰਮੇ ਤੁਰੇ ਹਨ। ਨਹਿ ਗਿਣਤ ਥੋਰ ਕੈ ਬਹੁ ਸੁਪਹਟ, ਇਹ ਬੜੇ ਲੜਾਕੇ ਹਨ ਕਾਸ਼ਮ ਬੇਗ ਤੇ ਸ਼ਮਸ਼ ਬੇਗ, ਕਹਿੰਦੇ ਬਹੁਤਿਆਂ ਛੁੱਤ ਘਟਿਆਂ ਦੀ ਗਿਣਤੀ ਨਹੀਂ ਕਰਦੇ, ਜਿਹੜੇ ਵੱਡੇ ਸੂਰਮੇ ਹੁੰਦੇ ਨਾ ਉਹ ਇਹ ਨਹੀਂ ਦੇਖਦੇ ਵੀ ਅਸੀਂ ਥੋੜ੍ਹੇ ਹਾਂ ਦੁਸ਼ਮਣ ਜ਼ਿਆਦਾ ਹੈ, ਉਹ ਲੜ ਪੈਂਦੇ, ਇਹ ਵੀ ਨਹੀਂ ਦੇਖਦੇ ਵੀ ਦੁਸ਼ਮਣ ਜ਼ਿਆਦਾ ਤਾਕਤਵਰ ਹੈ ਅਸੀਂ ਕਮਜ਼ੋਰ ਹਾਂ, ਦਿਲ ਦਲੇਰ ਹੁੰਦਾ। ਸੋ ਕਾਸ਼ਮ ਬੇਗ ਅਤੇ ਸ਼ਮਸ਼ ਬੇਗ
ਇਹ ਦੋਵੇਂ ਲਲਾ ਬੇਗ ਦੇ ਪੁੱਤਰ ਚੜ੍ਹਦੀ ਜਵਾਨੀ ਦੇ ਜੋਸ਼ ਇਹਨਾਂ ਦਾ ਉਬਾਲੇ ਖਾਂਦਾ ਹੈ, ਗਰਮ ਖੂਨ ਹੈ ਅਤੇ ਜੰਗ ਨੂੰ ਚੜ੍ਹੇ ਹਨ। ਸਮਹਾਏ ਗਮਨ ਕੀ ਨਸਦ ਬਟ, ਔਰ ਸਾਹਮਣੇ ਦੁਸ਼ਮਣ ਦੇ ਇਹਨਾਂ ਨੇ ਗਮਨ ਕੀਤਾ ਹੈ, ਚੱਲੇ ਹਨ। ਤੀ ਛਨਖ ਤੰਗ ਭੀਖਨ ਪ੍ਰਹਾਰ, ਔਰ ਤੀਖੇ ਤੀਰ ਕੰਨਾਂ ਤਾਈ ਖਿੱਚ ਖਿੱਚ ਮਾਰਦੇ ਆ। ਈ ਛਨ ਬੇਲੋਕ ਤਾਕਤ ਜੁਝਾਰ, ਔਰ ਅੱਖਾਂ ਨਾਲ ਵੈਰੀ ਨੂੰ ਦੇਖ ਕੇ ਛਾਤੀ ਚ ਤੀਰ ਮਾਰਦੇ ਹਨ। ਜਿਤ ਦਿਸ਼ਾ ਵਧੇ ਗੁਰ ਸੂਰ ਜਾਏ, ਜਿੱਧਰ ਗੁਰੂ ਦੀ ਫੌਜ ਵਧੀ ਜਾ ਰਹੀ ਸੀ, ਗੁਰੂ ਦੇ ਸੂਰਮੇ ਵੱਧ ਰਹੇ ਸਨ। ਜਿਤ ਦਿਸ਼ਾ ਪਰਿਓ ਤੀਰਨ ਚਲਾਏ, ਉਧਰ ਜਾ ਕੇ ਕਾਸਿਮ ਬੇਗ ਤੇ ਸ਼ਮਸ਼ ਬੇਗ ਨੇ ਤੀਰਾਂ ਦਾ ਮੀਂਹ ਵਰਾ ਦਿੱਤਾ। ਛੂਟੇ ਤੁਫਾਂਗ ਗੁਲ ਕਾਂ ਸੜਾ, ਦੋਵਾਂ ਪਾਸਿਆਂ ਤੋਂ ਗੋਲੀਆਂ ਦੇ ਤੀਰ ਚੱਲਣ ਲੱਗੇ। ਉਹਨ ਕਸੈ ਫੇਰ ਤੂਰਨ ਤੜਾ, ਕਹਿੰਦੇ ਬੰਦੂਕ ਵਿੱਚ ਗੋਲੀ ਚਲਾ ਕੇ ਦੁਬਾਰਾ ਕਸਦੇ ਤਾੜ ਕਰਕੇ ਚਲਾ ਦਿੰਦੇ। ਦਿਸ਼ ਦੁਤੀਯ ਦਿਖੈ ਤੇ ਅਨਜ ਦੌਰ, ਕਹਿੰਦੇ ਦੂਜੇ ਇੱਕ ਪਾਸੇ ਕਾਸ਼ਮ ਬੇਗ ਤੇ ਦੂਜੇ ਪਾਸੇ ਸ਼ਮਸ਼ ਬੇਗ ਵਧਿਆ ਹੈ, ਦੋਵੇਂ ਫੌਜਾਂ ਲੈ ਕੇ ਪਏ ਨੇ ਗੁਰੂ ਦੀ ਫੌਜ ਉੱਤੇ। ਸੋ ਸ਼ਮਸ਼ ਬੇਗ ਵੱਡ ਪਾਏ ਰੋ, ਸ਼ਮਸ਼ ਬੇਗ ਵੀ ਯਾ ਅਲੀ ਯਾ ਮੁਹੰਮਦ ਦੇ ਨਾਰੇ ਮਾਰ ਕੇ ਆਇਆ ਹੈ। ਗੁਰਬੀਰ ਅਗਰ ਤੇ ਮੋੜ ਦੀਨ, ਗੁਰੂ ਸਾਹਿਬ ਦੀਆਂ ਫੌਜਾਂ ਨੇ ਅੱਗੋਂ ਦੰਦ ਭੰਨ ਦਿੱਤੇ ਹਨ। ਆਯੁਧ ਪ੍ਰਹਾਰ ਬਹੁ ਮਾਰ, ਦੋਵਾਂ ਪਾਸਿਆਂ ਤੋਂ ਮਾਰ ਮਚੀ ਠਾ ਠਾ ਹੋ ਰਹੀ ਹੈ। ਭੱਟ ਰੇਲ ਪੇਲ ਕਰ ਹੇਲ ਤਹਾਈ, ਆ ਮੈਦਾਨੇ ਜੰਗ ਵਿੱਚ ਰੇਲ ਪੇਲ ਹੋ ਗਈ ਹੈ, ਭਾਜੜਾਂ ਪੈ ਗਈ, ਇੱਕ ਦੂਜੀ ਦੇ ਪੈਰ ਹਿਲਾ ਰਹੇ ਨੇ ਸੂਰਮੇ। ਜਿਨ ਕੇ ਹਿਰਦੇ ਬੜੇ ਰੋਸ ਆਏ, ਜਿਨ੍ਹਾਂ ਦੇ ਮਨ ਵਿੱਚ ਪੂਰਾ ਜੋਸ਼ ਹੈ, ਬੜਾ ਗੁੱਸਾ ਹੈ ਜਿਨ੍ਹਾਂ ਦੇ ਮਨਾਂ ਵਿੱਚ। ਤਿਨ ਸੰਗ ਪੰਚ ਸਹਿ ਬੀਰ ਭੂਰ, ਕਹਿੰਦੇ 500 ਸੂਰਮੇ ਨਾਲ ਲੈ ਕੇ ਤਜ ਤੁਪਕ ਮਾਰ ਤੇ ਕ੍ਰੋਧ ਪੂਰ, ਕਾਸ਼ਮ ਬੇਗ ਤੇ ਸ਼ਮਸ਼ ਬੇਗ ਆਪਣੇ ਚਾਚੇ ਦਾ ਤੇ ਆਪਣੀ ਭੂਆ ਦੇ ਪੁੱਤ ਦਾ ਬਦਲਾ ਲੈਣ ਲਈ ਆਏ। ਨਿਜ ਹਾਰ ਜਾਨ ਬਲ ਕਰ ਵਿਸਾਲ, ਆਪਣੀ ਹਾਰ ਦਾ ਬਦਲਾ ਲੈਣ ਲਈ ਆਏ। ਬੜ ਹਾਲ ਚਾਲ ਮੇਲੀ ਕਰ, ਔਰ ਮੈਦਾਨੇ ਜੰਗ ਚ ਹਲ ਚਲੀ ਪਾ ਦਿੱਤੀ ਇਹਨਾਂ ਦੋਵਾਂ ਸੂਰਮਿਆਂ ਨੇ। ਉਹ ਕਰ ਉਤਾਲ ਬਾਰੂਦ ਡਾਲ, ਕਹਿੰਦੇ ਦੋਵਾਂ ਪਾਸਿਆਂ ਤੋਂ ਸੂਰਮੇ ਕੋਈ ਕਸਰ ਨਹੀਂ ਛੱਡ ਰਹੇ, ਇਧਰੋਂ ਸਿੱਖ ਵੀ ਕਸਰ ਨਹੀਂ ਛੱਡਦੇ, ਉਧਰੋਂ ਕਾਸਿਮ ਬੇਗ ਵੀ ਪੂਰਾ ਜ਼ੋਰ ਲਾ ਕੇ ਲੜਾਈ ਲੜ ਰਿਹਾ ਹੈ। ਬਲ ਕੋ ਸੰਭਾਲ ਗਜ ਕੋ ਨਿਕਾਲ, ਕਹਿੰਦੇ ਆਪਣੇ ਬਲ ਦੇ ਨਾਲ ਬੰਦੂਕਾਂ ਚਲਾਉਂਦੇ ਆ, ਇੱਕ ਵਾਰੀ ਬੰਦੂਕ ਦੇ ਵਿੱਚ ਗੋਲੀ ਪਾ ਕੇ ਚਲਾ ਕੇ ਦੁਬਾਰਾ ਫਿਰ ਕੁੱਪੀ ਬਰੂਦ ਦੀ ਪਾਉਂਦੇ ਆ, ਫਿਰ ਗੋਲੀ ਪਾਉਂਦੇ ਆ, ਫਿਰ ਗਜ ਨਾਲ ਠੋਕਦੇ ਆ, ਫਿਰ ਦਸਤਰਾਂ ਕਰਕੇ ਚਲਾਉਂਦੇ। ਗੁਲਕਾਨ ਠੋਕ ਜੁਗ ਪਾਏ ਕੋਏ, ਕਹਿੰਦੇ ਕੋਈ ਇੱਕ ਗੋਲੀ ਪਾਉਂਦਾ, ਕੋਈ ਦੋ ਗੋਲੀਆਂ ਪਾਉਂਦਾ ਹੈ। ਬਾਰੂਦ ਪਲੀਤਾ ਮੇਲ ਸੋਏ, ਕਹਿੰਦੇ ਬਾਰੂਦ ਤੇ ਪਲੀਤਾ ਪਾ ਕੇ ਤੋੜਾ ਸੁਮੋੜ ਜੋੜਾਂ ਚੜਾਏ, ਤੋੜਾ ਮੋੜ ਕੇ ਜਦੋਂ ਜੋੜਦੇ ਨੇ, ਘਰ ਦਸਤਰ ਵਾਤਤ ਛਿੰਨ ਚਲਾਏ, ਰੱਖ ਕੇ ਕੰਨਾਂ ਦਾ ਹੀ ਰੱਖ ਕੇ ਨਿਸ਼ਾਨਾ ਲਾ ਕੇ ਦੁਸ਼ਮਣ ਨੂੰ ਗੋਲੀ ਚਲਾਉਂਦੇ ਨੇ। ਦੁਖੀਅਤ ਪਲੀਤਾ ਬਾਰ ਬਾਰ, ਔਰ ਬਾਰ ਬਾਰ ਪਲੀਤੇ ਧੁਖ ਰਹੇ ਨੇ। ਬਮਿਅੰਤ ਹੁਤਾਸਨ ਹੱਥ ਜੁਝਾਰ, ਥਾਂ ਥਾਂ ਤੇ ਅੱਗ ਬਾਲ ਰਹੀ ਚਿੰਗਾਰੀਆਂ ਨਿਕਲਦੀਆਂ ਨੇ ਬੰਦੂਕਾਂ ਵਿੱਚੋਂ। ਬਖਿਅੰਤ ਜਵਾਲ ਸੁਨਯੰਤ ਨਾਦ, ਕਹਿੰਦੇ ਗੋਲੀਆਂ ਦੀਆਂ ਅੱਗ ਦੀਆਂ ਲਾਟਾਂ ਦਿਸਦੀਆਂ ਨੇ ਤੇ ਕਾੜ ਕਾੜ ਦੀ ਆਵਾਜ਼ ਸੁਣਾਈ ਦਿੰਦੀ ਹੈ। ਕੜਕੰਤ ਦੀਹ ਤੜਤਾਨ ਬਾਦ, ਕਾੜ ਕਾੜ ਕਰਦੀਆਂ ਗੋਲੀਆਂ ਵਰਦੀਆਂ ਹਨ। ਲਗਿਅੰਤ ਅੰਗ ਘੁਮਿਅੰਤ ਵੀਰ, ਕਹਿੰਦੇ ਸੂਰਮਿਆਂ ਨੂੰ ਅੰਗਾਂ 'ਚ ਗੋਲੀਆਂ ਲੱਗਦੀਆਂ ਤੇ ਝੂਮ ਝੂਮ ਡਿੱਗਦੇ ਹਨ। ਗਿਰਅੰਤ ਭੂਮ ਝੂਮਤ ਸੋ ਧੀਰ, ਔਰ ਝੂਮ ਝੂਮ ਕੇ ਧਰਤੀ ਤੇ ਪੈਂਦੇ ਹਨ। ਗਿਰਅੰਤ ਗਿਰੇ ਭਜਅੰਤ ਬਾਜ, ਕਹਿੰਦੇ ਦਰੜ ਦਰੜ ਕਰਕੇ ਘੋੜੇ ਜਿਹੜੇ ਹਨ ਉਹ ਡਿੱਗਦੇ ਹਨ, ਜਵਾਨ ਡਿੱਗਦੇ ਹਨ, ਘੋੜੇ ਖਾਲੀ ਫਿਰੀ ਜਾਂਦੇ ਹਨ। ਤਜਅੰਤ ਪ੍ਰਾਣ ਨਿਜ ਸਵਾਮ ਕਾਜ, ਆਪਣੇ ਸਵਾਮੀ ਵਾਸਤੇ ਸੂਰਮੇ ਜਾਨਾ ਵਾਰ ਰਹੇ ਹਨ। ਜਹਾਂ ਕਹਾਂ ਪੁਕਾਰ ਉੱਚੇ ਉਚਾਰ, ਥਾਂ ਥਾਂ ਤੇ ਨਾਰੇ ਵੱਜ ਰਹੇ ਨੇ, ਜੈਕਾਰੇ ਗੱਜ ਰਹੇ ਨੇ। ਸੁਰ ਲੋਕ ਜਾਤ ਸਮੁਖ ਜੁਝਾਰ, ਕਹਿੰਦੇ ਦੇਵ ਲੋਕ ਨੂੰ
ਵਿਸ਼ਨੂੰ ਸੂਰਮੇ ਜਾ ਰਹੇ ਨੇ। ਗਨ ਦੇਵ ਬਧੂ ਹੁਲ ਸੰਤ ਆਏ, ਕਹਿੰਦੇ ਦੇਵ ਬਧੂ ਦੇਵਤਿਆਂ ਦੀਆਂ ਬੋਟੀਆਂ ਪ੍ਰਸੰਨ ਹੋ ਕੇ ਯੁੱਧ ਵੇਖਣ ਆਈਆਂ ਸਵਰਗ ਤੋਂ। ਕੇਸਰ ਸਨੇਹ ਨਿਜ ਸਿਰ ਚੜਾਏ, ਆਪਣੇ ਸਿਰ ਦੇ ਉੱਤੇ ਕੇਸਰ ਲਾ ਛਿੜਕ ਕੇ ਆਈਆਂ ਹਨ। ਭਟ ਬਰਹਿ ਆਨ ਜੋ ਦੇਤ ਪ੍ਰਾਣ, ਸ਼ਿੰਗਾਰ ਕਰਕੇ ਆਈਆਂ, ਕਹਿੰਦੀਆਂ ਸੂਰਮਿਆਂ ਨੂੰ ਵਰਾਂ ਗਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ। ਇੱਦਾਂ ਕਹਿੰਦੇ ਸੂਰਮਿਆਂ ਨੂੰ ਵਰਨ ਵਾਸਤੇ ਦੇਵ ਲੋਕ ਦੀਆਂ ਪਸ਼ਰਾਵਾਂ ਆ ਗਈਆਂ ਹਨ। ਦੇਤੀ ਚੜਾਏ ਸੁੰਦਰ ਵਿਮਾਨ, ਔਰ ਸੋਹਣਿਆਂ ਵਿਮਾਨਾਂ ਤੇ ਚੜਾ ਚੜਾ ਕੇ ਲਿਜਾਂਦੀਆਂ ਹਨ। ਉਤਸਵ ਕਰੰਤ ਨਿਜ ਵਿਆਹ ਜਾਣ, ਔਰ ਆਪਣਾ ਵਿਆਹ ਜਾਣ ਕੇ ਨੱਚਦੀਆਂ ਖੁਸ਼ੀ ਮਨਾਉਂਦੀਆਂ ਹਨ। ਮਿਲਤੀ ਸੁਬੀਰ ਮੁਦਮਾਨ ਮਾਨ, ਔਰ ਸੂਰਮਿਆਂ ਨੂੰ ਕਹਿੰਦੇ ਪ੍ਰਸੰਨਤਾ ਦੇ ਨਾਲ ਮਿਲਦੀਆਂ ਹਨ। ਮਚਿਓ ਜੰਗਦਾਰ, ਇੱਦਾਂ ਦਾ ਭਿਆਨਕ ਯੁੱਧ ਮਚ ਗਿਆ ਹੈ। ਮਿਲ ਗਏ ਬਦਨ ਪਹਾੜਕ ਪਹਿਰ, ਮੱਥੇ ਨਾਲ ਮੱਥਾ ਮਿਲ ਗਿਆ, ਬੜਾ ਭਿਆਨਕ ਯੁੱਧ ਆਹਮਣੇ ਸਾਹਮਣੇ ਤੇਗਾਂ ਤਲਵਾਰਾਂ ਬਰਛੀਆਂ ਕਟਾਰਾਂ ਨਾਲ ਚੱਲ ਪਿਆ ਹੈ। ਚਮਕੰਤ ਖੜਗ ਢਲਕੰਤ ਢਾਲ, ਕਹਿੰਦੇ ਖੰਡੇ ਲਿਸ਼ਕਦੇ ਹਨ, ਢਾਲਾਂ ਤੇ ਵੱਜਦੇ ਹਨ। ਅਟਿਅੰਤ ਅੰਗ ਉਲਛੰਤ ਚਾਲ, ਕਹਿੰਦੇ ਅੰਗ ਵੱਢ ਵੱਢ ਸੁੱਟਦੇ ਹਨ। ਖਿਚਿਅੰਤ ਚਾਂਪ ਤਜਿਅੰਤ ਤੀਰ, ਕੰਨਾਂ ਦਾ ਖਿੱਚ ਖਿੱਚ ਤੀਰ ਮਾਰਦੇ ਹਨ। ਭਲਿਅੰਤ ਕਹਾਵ ਭਜਿਅੰਤ ਭੀਰ, ਕਹਿੰਦੇ ਜਿਨ੍ਹਾਂ ਦੀ ਛਾਤੀਆਂ 'ਚ ਤੀਰ ਵੱਜਦੇ ਹਨ, ਵੱਡੇ ਵੱਡੇ ਘਾਵ ਕਰਕੇ ਪਾਰ ਲੰਘ ਜਾਂਦੇ ਹਨ। ਭਜਿਅੰਤ ਰੌਰ ਭਵਿਕਿਅੰਤ ਵੀਰ, ਰੌਲਾ ਬੜਾ ਮੱਚ ਰਿਹਾ, ਹਾਹਾਕਾਰ ਮਚੀ ਹੈ, ਕਿਸੇ ਦੀ ਹਾਏ ਦੀ ਆਵਾਜ਼ ਆਉਂਦੀ ਹੈ, ਕੋਈ ਜੈਕਾਰਾ ਬੁਲਾਉਂਦਾ ਤੇ ਕੋਈ ਨਾਰਾ ਮਾਰਦਾ ਹੈ। ਅੰਤ ਸ਼੍ਰੋਣ ਸੂਰਨ ਸਰੀਰ, ਸੂਰਮਿਆਂ ਦੇ ਸਰੀਰ ਚੋਂ ਖੂਨ ਦੀਆਂ ਤਤੀਰੀਆਂ ਵਗਦੀਆਂ ਨੇ, ਭਗ ਭਗ ਕਰਕੇ ਖੂਨ ਵਗਦਾ ਹੈ। ਜਗ ਭਰਾਤ ਏਵ ਜਬ ਕੀਨ ਜੰਗ, ਜਦੋਂ ਕਾਸ਼ਮ ਬੇਗ ਤੇ ਸ਼ਮਸ਼ ਬੇਗ ਨੇ ਏਦਾਂ ਪਰਲੋਕ ਵਾਲਾ ਜੰਗ ਕੀਤਾ, ਬੜਾ ਘਮਸਾਨ ਦਾ ਯੁੱਧ ਕੀਤਾ। ਤਬ ਬਿਧੀ ਚੰਦ ਬੜ ਕੋਪ ਸੰਗ, ਤਾਂ ਮਹਾਰਾਜ ਛੇਵੇਂ ਪਾਤਸ਼ਾਹ ਦੀ ਫੌਜ ਦੇ ਸੂਰਬੀਰ ਯੋਧੇ ਬਾਬਾ ਬਿਧੀ ਚੰਦ ਜੀ ਵੀਰ ਰਸ ਵਿੱਚ ਆ ਗਏ। ਪ੍ਰਭ ਕਰੋ ਹੁਕਮ ਇਨ ਸਮੁਖ ਜਾਓ, ਹੇ ਸੱਚੇ ਪਾਤਸ਼ਾਹ ਹੁਕਮ ਕਰੋ, ਆਗਿਆ ਦਿਓ, ਮੈਂ ਇਹਨਾਂ ਦੇ ਸਾਹਮਣੇ ਜਾਵਾਂ। ਹਥਿਆਰ ਮਾਰ ਕਰ ਬ੍ਰਿੰਦ ਕਹਾਓ, ਔਰ ਮਾਰ ਮਾਰ ਕੇ ਇਹਨਾਂ ਦੇ ਸੱਥਰ ਲਾ ਦਿਆਂ। ਗੁਰ ਕਹਿਓ ਮਲਕ ਜਾਤੀ ਜੇ ਵਿਪਰ, ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜਾਤੀ ਮਲਕ ਜੋ ਗੁਰੂ ਘਰ ਦਾ ਪੰਡਿਤ ਸੀ, ਇਸ ਲੇਹੋ ਸੰਗ ਹੱਥ ਦੇਹੋ ਛਿਪ, ਮਹਾਰਾਜ ਕਹਿੰਦੇ ਜਾਤੀ ਮਲਕ ਨੂੰ ਨਾਲ ਲਾਓ ਤੇ ਜਾਓ, ਭਾਈ ਸਾਹਿਬ ਇਹਨਾਂ ਨੂੰ ਸੋਧੋ, ਹੁਣ ਦੋਵਾਂ ਨੂੰ ਮਾਰੋ। ਅੱਛਾ ਰਹੇ ਅਲਪਰਣ ਅੰਤ ਆਏ, ਇਹ ਥੋੜੇ ਜੇ ਰਹਿ ਗਏ ਨੇ, ਨਿਬੇੜ ਦਿਓ ਹੁਣ ਇਹਨਾਂ ਨੂੰ, ਤਨ ਬਚਾਏ ਦਿਓ, ਆਪਣਾ ਬਚਾ ਕਰਕੇ ਮਾਰ ਦਿਓ ਵੈਰੀਆਂ ਨੂੰ। ਸਾਵਲ ਚੰਦ ਬਿਧੀ ਚੰਦ ਛੀਨਾ, ਮਹਾਰਾਜ ਦਾ ਸੂਰਮਾ ਬਾਬਾ ਬਿਧੀ ਚੰਦ ਛੀਨਾ, ਗੁਰੂ ਬਾਕਲੀਨਾ, ਗੁਰੂ ਦਾ ਬਚਨ ਲੈ ਕੇ, ਜੰਗ ਸੰਗ ਕੀਨਾ, ਔਰ ਆਪਣੇ ਨਾਲ ਲੈ ਕੇ, ਮਨੋ ਦਰੋਣ ਚੀਨਾ, ਬਾਬਾ ਜਾਤੀ ਮਲਕ ਦਰੋਣਾਚਾਰਿਆ ਵਰਗਾ ਸੂਰਮਾ, ਚਲਿਓ ਤਾਏ ਐਸੇ, ਇਹ ਦੋਵੇਂ ਜਾਤੀ ਮਲਕ ਤੇ ਬਿਧੀ ਚੰਦ ਇਉਂ ਚੱਲੇ ਨੇ, ਚਟਿਓ ਬਾਸ ਜੈਸੇ, ਜਿਵੇਂ ਬਾਸ ਸ਼ਿਕਾਰ ਤੇ ਜਾਂਦਾ ਹੈ। ਗੁਰੂ ਰੋਕ ਰਾਖਾ, ਗੁਰੂ ਸਾਹਿਬ ਨੇ ਰੋਕ ਕੇ ਰੱਖਿਆ ਹੋਇਆ ਸੀ, ਨਹੀਂ ਬਾਕ ਨਾਖਾ, ਆਹੋ ਗੁਰੂ ਦਾ ਬਚਨ ਨਹੀਂ ਮੋੜ ਸਕਦੇ ਸਨ। ਵੈ ਦੀਨ ਆਗਿਆ, ਹੁਣ ਆਗਿਆ ਮਿਲ ਗਈ ਹੈ, ਰਸੰਗ ਵੀਰ ਪਾ ਗਿਆ, ਵੀਰ ਰਸ ਵਿੱਚ ਪੱਗ ਗਏ ਹਨ, ਪੂਰੇ ਭਰ ਗਏ ਹਨ, ਸ਼ੇਰ ਛੋਰਾ, ਜਿਵੇਂ ਬੱਬਰ ਸ਼ੇਰ ਨਿਕਲਿਆ ਹੋਵੇ ਗੁਫਾ ਵਿੱਚੋਂ। ਇਹੋ ਛਤਰ ਓਰਾ, ਕਹਿੰਦੇ ਸ਼ਤਰੂ ਵਾਲੇ ਆਉਂ ਗਏ ਨੇ, ਤਕੇ ਤੀਰ ਮਾਰੇ, ਕੰਨਾਂ ਦਾ ਖਿੱਚ ਖਿੱਚ ਤੀਰ ਮਾਰਦੇ ਹਨ, ਫੋਰ ਪਾਰੇ, ਵੈਰੀਆਂ ਨੂੰ ਪਾੜ ਪਾੜ ਸੁੱਟਦੇ ਹਨ। ਚੱਲਿਓ ਵੀਰ ਜੇਠਾ, ਕਹਿੰਦੇ ਭਾਈ ਜੇਠਾ, ਗੁਰੂ ਦੀ ਫੌਜ ਦਾ ਯੋਧਾ ਚੱਲਿਆ ਹੈ, ਗੁਰੂ ਸਿੱਖ ਜੇਠਾ, ਗੁਰੂ ਦਾ ਸ਼੍ਰੋਮਣੀ ਸੂਰਮਾ ਜੇਠਾ ਸਿੱਖ ਹੈ, ਭਾਈ ਜੇਠਾ, ਚੱਲੇ ਤਿੰਨ ਧਾਏ, ਕਹਿੰਦੇ ਤਿੰਨੇ ਸੂਰਮੇ ਚੱਲੇ ਹਨ, ਪ੍ਰਭੂ ਦੇ ਪਲਾਏ, ਗੁਰੂ ਸਾਹਿਬ ਦੀ ਆਗਿਆ ਨਾਲ ਗਏ ਹਨ, ਭਰੀ ਧੂਮ ਭਾਰੀ, ਮੈਦਾਨੇ ਜੰਗ ਜਿਨ੍ਹਾਂ ਨੇ ਵੀ ਧੂਮ ਮਚਾ ਦਿੱਤੀ ਹੈ, ਬਾਬਾ ਬਿਧੀ ਚੰਦ ਦੇ ਤੀਰਾਂ ਨੇ
ਦੁਸ਼ਮਣ ਦੇ ਦਲਾਂ ਚ ਖਲਬਲੀ ਪਾ ਦਿੱਤੀ ਹੈ। ਔਰ ਜਾਤੀ ਮਲਕ ਤੇ ਭਾਈ ਜੇਠੇ ਨੇ ਵੀ ਬਹੁਤ ਵੈਰੀ ਮਾਰੇ ਤੀਰਾਂ ਨਾਲ। ਜਦੋਂ ਦੁਸ਼ਮਣ ਦੀ ਫੌਜ ਹਿਲਾ ਕੇ ਰੱਖ ਦਿੱਤੀ, ਉਹਨਾਂ ਕੋਲੋਂ ਇਹ ਹੱਲਾ ਵਿਧੀ ਚੰਦ ਦਾ ਭਾਈ ਜਾਤੀ ਮਲਕ ਦਾ ਚੱਲਿਆ ਨੀ ਗਿਆ। ਪੀਠ ਚਾਲੇ ਤੇ ਪਿੱਠ ਦੇ ਕੇ ਨਾ ਭੱਜਣ ਲੱਗੇ ਮੈਦਾਨ ਚੋਂ। ਹੁਣ ਤੁਰਕ ਨਹੀਂ ਕੋ ਸੰਭਾਲੇ, ਕੋਈ ਆਪਣੇ ਆਪ ਨੂੰ ਸੰਭਾਲ ਹੀ ਨੀ ਸਕਿਆ। ਦੋਹਰਾ ਆਯੋ ਕਾਸ਼ਮ ਬੇਗ, ਤਬ ਕਾਸ਼ਮ ਬੇਗ ਫਿਰ ਉਸ ਵੇਲੇ ਆਇਆ ਹੈ। ਵਿਧੀ ਚੰਦ ਕੇ ਤੀਰ, ਭਾਈ ਵਿਧੀ ਚੰਦ ਦੇ ਨੇੜੇ ਆ ਗਿਆ ਲਲਾ ਬੇਗ ਦਾ ਪੁੱਤਰ ਕਾਸ਼ਮ ਬੇਗ। ਕਸੀ ਕਮਾਨ ਕਠੋਰ ਤੇ, ਬੜੀ ਕਠੋਰ ਜਬਰਦਸਤ ਕਮਾਨ ਉਹਦੇ ਹੱਥ ਵਿੱਚ ਹੈ ਕਾਸ਼ਮ ਬੇਗ ਦੇ। ਤੀਛਨ ਪੀਛਨ ਤੀਰ, ਔਰ ਬੜੇ ਭਿਆਨਕ ਤਿੱਖੇ ਤੀਰ ਉਹਦੇ ਪੱਥੇ ਚ ਭਰੇ ਹੋਏ ਨੇ। ਚੌਪਈ ਇੱਕ ਸਿੱਖ ਲਖੂ ਦੀਰਘ ਜਵਾਨ, ਗੁਰੂ ਸਾਹਿਬ ਦੀ ਫੌਜ ਦਾ ਇੱਕ ਸਿੱਖ ਸੀ ਬੜਾ ਲੰਮਾ ਉੱਚਾ ਜਵਾਨ ਭਾਈ ਲਖੂ। ਗੁਰ ਕੀ ਸਾਂਗ ਰੱਖੇ ਨਿਜਪਾਨ, ਉਹ ਬੜੀ ਭਾਰੀ ਲੋਹੇ ਦੀ ਸਾਂਗ ਬਰਛੀ ਹੱਥ ਵਿੱਚ ਰੱਖਦਾ ਸੀ। ਬੜੇ ਜੁਦ ਚਾਹਤ ਗੁਰ ਜਬੈ, ਜਦੋਂ ਗੁਰੂ ਸਾਹਿਬ ਜੁਦ ਕਰਦੇ ਦੇਤ ਸੰਭਾਰ ਨਿਕਟ ਹੋਏ ਤਬੈ। ਉਹ ਮਹਾਰਾਜ ਦੇ ਨਾਲ ਨਾਲ ਤੁਰਦਾ ਸੀ ਲੱਖੂ। ਕਦੀ ਮਹਾਰਾਜ ਨੂੰ ਸਾਂਗ ਦੀ ਲੋੜ ਪਵੇ ਤੇ ਉਹ ਫੜਾ ਦਿੰਦਾ ਸੀ ਤੇ ਮਹਾਰਾਜ ਉਹਦੀ ਸਾਂਗ ਲੈ ਕੇ ਮਾਰਿਆ ਕਰਦੇ ਸਨ। ਛੇਵੇਂ ਪਾਤਸ਼ਾਹ ਤਿੰਨ ਘਰ ਕ੍ਰੋਧ ਤਭਾਏ ਤੋ ਰੰਗ, ਕਹਿੰਦੇ ਲੱਖੂ ਨੇ ਘੋੜਾ ਤੇਜ ਕੀਤਾ, ਗਰਵੀ ਸਾਂਗ ਉਠਾਈ ਉਤਾਂਗ, ਔਰ ਹੱਥ ਵਿੱਚ ਬੜੀ ਭਾਰੀ ਗਰਵੀ ਸਾਂਗ ਬਰਛੀ ਚੁੱਕੀ ਹੈ। ਕਾਸ਼ਮ ਬੇਗ ਲਖਿਓ ਜਬ ਆਇਓ, ਜਦੋਂ ਕਾਸ਼ਮ ਬੇਗ ਨੂੰ ਲੱਖੂ ਨੇ ਵੇਖਿਆ, ਖੈਂਚ ਖੜਗ ਕੋ ਅਗਰ ਚਲਾਇਓ, ਤੇ ਕਾਸ਼ਮ ਬੇਗ ਨੇ ਲੱਖੂ ਦੇ ਉੱਤੇ ਤਲਵਾਰ ਦਾ ਵਾਰ ਕੀਤਾ। ਦਇਓ ਸਹਿਥੀ ਪਰਤ ਸਵਾਰ, ਤੇ ਭਾਈ ਲੱਖੂ ਨੇ ਉਹਦਾ ਵਾਰ ਆਪਣੀ ਬਰਛੀ ਦੇ ਉੱਤੇ ਝੱਲ ਲਿਆ, ਉਹਦੇ ਉੱਤੇ ਰੋਕ ਲਿਆ ਸਾਂਗ ਦੇ ਉੱਤੇ। ਜਬ ਹੀ ਸਜਿਓ ਸਾਰ ਪਰ ਸਾਰ, ਜਦੋਂ ਲੋਹੇ ਤੇ ਲੋਹਾ ਵੱਜਾ, ਕਿਉਂਕਿ ਜਿਹੜੀ ਸਾਧ ਸੰਗਤ ਜੀ ਸਾਂਗ ਹੁੰਦੀ ਹੈ ਨਾ, ਸਾਂਗ ਦੇ ਵਿੱਚ ਡੰਡਾ ਨਹੀਂ ਹੁੰਦਾ, ਬਰਛਾ ਹੁੰਦਾ। ਆਮ ਆਪਾਂ ਬਰਛੀਆਂ ਬਰਛੇ ਵੇਖੀਏ, ਉਹਦੇ 'ਚ ਬਾਂਸ ਦੀ ਡਾਂਗ ਹੁੰਦੀ ਹੈ ਜਾਂ ਬੈਂਤ ਦੀ ਹੁੰਦੀ ਹੈ, ਪਰ ਜਿਹੜੀ ਸਾਂਗ ਹੁੰਦੀ ਹੈ ਉਹਦੇ 'ਚ ਲੋਹੇ ਦੀ ਛੜ ਹੁੰਦੀ, ਸਾਰਾ ਹੀ ਲੋਹਾ ਹੁੰਦਾ। ਸੋ ਲੋਹੇ ਦੇ ਉੱਤੇ ਲੋਹਾ ਜਦੋਂ ਵੱਜਿਆ, ਕਾਸ਼ਮ ਬੇਗ ਦੀ ਤਲਵਾਰ ਲੱਖੂ ਦੀ ਸਾਂਗ ਤੇ ਵੱਜੀ, ਟੁੱਟਿਓ ਖੰਡਾ ਭਇਓ ਦੁਖੰਡ, ਉਹਦੀ ਤੇਗ ਟੁੱਟ ਗਈ, ਉਹਦਾ ਖੰਡਾ ਟੁੱਟ ਗਿਆ, ਦੋ ਟੋਟੇ ਹੋ ਗਿਆ ਫੁਲਾਦੀ ਖੰਡਾ। ਰਾਹਕ ਲੱਖੂ ਰਸਿਓ ਪ੍ਰਚੰਡ, ਤੇ ਭਾਈ ਲੱਖੂ ਵੀਰ ਰਸ ਚ ਆ ਗਿਆ। ਟਿਪਕੋ ਵਾਰ ਨਿਫਲ ਕਰ ਦੀਨ, ਦੁਸ਼ਮਣ ਦਾ ਵਾਰ ਨਿਸਫਲ ਕਰਤਾ, ਉਹਦੀ ਤਲਵਾਰ ਹੀ ਟੁੱਟ ਗਈ। ਕਰਤੇ ਸਾਂਗ ਪ੍ਰਹਾਰ ਨਕੀਨ, ਤੇ ਭਾਈ ਲੱਖੂ ਨੇ ਭਰਮਾ ਵਾਰ ਸਾਂਗ ਦਾ ਕੀਤਾ। ਲਗ ਛਾਤੀ ਮਹਿ ਵੀ ਦਿਓ ਸਾਰੋ, ਕਹਿੰਦੇ ਕਾਸ਼ਮ ਬੇਗ ਦੀ ਛਾਤੀ ਚ ਮਾਰਿਆ, ਸਾਰ ਪਾਰ ਲੰਘਾ ਦਿੱਤਾ। ਉਹਨ ਝੰਜੋਰ ਭੂਮ ਪਰ ਡਾਰਿਓ, ਤੇ ਫਿਰ ਇਹਨੂੰ ਗੇੜਾ ਦਿੱਤਾ, ਅੰਦਰਲੀਆਂ ਸਾਰੀਆਂ ਆਂਦਰਾਂ ਜਿਹੜੀਆਂ ਸੀ ਨਾ ਉਹਦੀਆਂ ਕਾਲਜਾ, ਉਹਦਾ ਦਿਲ ਸਾਰਾ ਇਕੱਠਾ ਕਰਕੇ ਬਾਹਰ ਖਿੱਚ ਲਿਆ, ਤੇ ਚੁੱਕ ਕੇ ਕਾਸ਼ਮ ਬੇਗ ਨੂੰ ਧਰਤੀ ਤੇ ਸਿੱਟਿਆ। ਗੁਰ ਹੇਰਤ ਹਰ ਖਾਏ ਉਚਾਰਾ, ਇਧਰੋਂ ਛੇਵੇਂ ਪਾਤਸ਼ਾਹ ਨੇ ਖੁਸ਼ੀ ਚ ਆ ਕੇ ਜਕਾਰਾ ਗਜਾ ਦਿੱਤਾ। ਲੱਖੂ ਹੇਹਰ ਨੇ ਰਿਪ ਮਾਰਾ, ਮਹਾਰਾਜ ਕਹਿੰਦੇ ਲੱਖੂ ਹੇਰ ਨੇ ਰਿਪ ਮਾਰਾ, ਮਾਰ ਲਿਆ ਵੈਰੀ ਨੂੰ। ਖੁਸ਼ੀ ਭਏ ਦੀਨਸ ਵਡਿਆਈ, ਖੁਸ਼ੀ ਹੋ ਕੇ ਭਾਈ ਲੱਖੂ ਨੂੰ ਥਾਪੀ ਦਿੱਤੀ, ਬਖਸ਼ਿਸ਼ ਦਿੱਤੀ, ਵਡਿਆਈਆਂ ਦਿੱਤੀਆਂ ਸਤਿਗੁਰਾਂ ਨੇ। ਅਬ ਤੁਰਕਨ ਕੀ ਕਿਆਮਤ ਆਈ, ਮਹਾਰਾਜ ਕਹਿੰਦੇ ਤੁਰਕਾਂ ਦੀ ਕਿਆਮਤ ਆ ਗਈ ਹੈ, ਹੁਣ ਤੁਰਕਾਂ ਦਾ ਨਾਸ ਹੀ ਕਰਾਂਗੇ। ਸੰਘੇੜਾ ਰਣ ਵਿੱਚ ਵਿਚਰਤ, ਆ ਕਹਿੰਦੇ ਭਾਈ ਨੰਦ ਸੰਘੇੜਾ ਇਹ ਵੀ ਜੰਗ ਦੇ ਵਿੱਚ ਵਿਚਰਦਾ ਸੀ। ਮੋਹਰੂ ਰੰਧਾਵਾ ਰਿਪ ਹੱਥ ਹੱਥ, ਤੇ ਮੋਹਰੂ ਰੰਧਾਵਾ ਵੀ ਵੈਰੀਆਂ ਨੂੰ ਮਾਰਦਾ ਫਿਰਦਾ ਸੀ। ਅਰ ਕਿਰਪਾਲ ਜੱਲੂ ਕੋ ਸੂਰ, ਅਰ ਭਾਈ ਕਿਰਪਾਲ ਜੱਲੂ ਕਾ, ਇਹ ਪਿੰਡਾਂ ਦੇ ਨਾਂ ਸੀ, ਕਈਆਂ ਦੇ ਗੋਤ ਸੀਗੇ, ਕਈਆਂ ਦੇ
ਆਨੰਦ ਸਿੰਘੇੜਾ ਗੁਰੂ ਦਾ ਸਿੱਖ, ਮੋਹਰੂ ਰੰਧਾਵਾ ਵੀ ਗੁਰੂ ਦਾ ਸਿੱਖ, ਤੇ ਕਿਰਪਾਲ ਜੱਲੂਕਾਰ ਬੜਾ ਸੂਰਮਾ ਸੀ, ਮਾਰ ਤੁਰਕ ਕੀਨੇ ਬਹਦੂਰ, ਇਹਨਾਂ ਨੇ ਵੀ ਬੜੇ ਵੈਰੀ ਮਾਰੇ ਹਨ, ਦੋਹਰਾ ਕਰੀ ਲਥੇਰ ਪਥੇਰ ਬਹੁ, ਇਹਨਾਂ ਸਿੱਖਾਂ ਨੇ ਬੜੀ ਲਥੇੜ ਪਥੇੜ ਕੀਤੀ ਵੈਰੀ ਦੀ, ਕਨੋ ਕਹਲ ਕਮਸਾਨ, ਬੜਾ ਕਮਸਾਨ ਦਾ ਯੁੱਧ ਕੀਤਾ ਹੈ, ਕਰੇ ਪਲਾਵਨ ਤੁਰਕ ਰਣ, ਉਹ ਮੈਦਾਨੇ ਜੰਗ ਚ ਤੁਰਕ ਭਜਾਏ ਹਨ ਚੰਗੀ ਤਰ੍ਹਾਂ, ਲਿਓ ਛੜਾਏ ਮੈਦਾਨ, ਔਰ ਮੈਦਾਨ ਛੜਾ ਲਿਆ ਹੈ, ਦੋਹਰਾ ਜੋਧਾ ਜੋਧ ਪ੍ਰਬੋਧ ਜੁੱਧ, ਸਾਧ ਸੰਗਤ ਜੀ ਭਾਈ ਜੋਧ ਸ਼ਾਹ ਬੜਾ ਜੋਧਾ ਸੀ, ਬੜਾ ਸਿਆਣਾ ਸੀ, ਕਰੇ ਉਥਲ ਪਥਲ, ਉਹਨੇ ਵੈਰੀ ਦੀਆਂ ਫੌਜਾਂ ਉਥਲ ਪਥਲ ਕੇ ਰੱਖ ਦਿੱਤੀਆਂ, ਸ਼ਾਹੋ ਸਲੇਮ ਸੋ ਅਨੁਜ ਜੋਤ, ਔਰ ਜੋਧ ਸ਼ਾਹ ਦਾ ਛੋਟਾ ਭਰਾ ਸਲੇਮ ਸ਼ਾਹ ਵੀ ਬੜਾ ਸੂਰਮਾ ਸੀ, ਤੁਰਕ ਸਮੂਹ ਦਬਲ, ਉਹਨੇ ਬੜੇ ਤੁਰਕ ਦਬਲੇ ਹਨ, ਬਾਦੜੀ ਛੰਦ ਭਿਖ ਮਰਿਓ ਪੁੱਤਰ ਇੱਕ ਲਰਤ ਵੀਰ, ਸਾਧ ਸੰਗਤ ਲਲਾ ਬੇਗ ਨੇ ਵੇਖਿਆ ਵੀ ਵੱਡਾ ਪੁੱਤਰ ਕਾਸ਼ਮ ਬੇਗ ਮਾਰਿਆ ਗਿਆ ਹੈ, ਤੁਰਕਾਨ ਸੈਨ ਪਰ ਅਧਿਕ ਭੀੜ, ਸਾਡੀ ਫੌਜ ਤੇ ਬੜੀ ਮੁਸੀਬਤ ਆ ਗਈ ਹੈ, ਪੁੱਤਰ ਦੀ ਮੌਤ, ਪਹਿਲਾਂ ਭਾਣਜਾ ਮਰਿਆ, ਫਿਰ ਭਰਾ ਮਰਿਆ, ਹੁਣ ਜਵਾਨ ਪੁੱਤਰ ਮਰ ਗਿਆ, ਲੱਲਾ ਬੇਗ ਦੀ ਤਾਂ ਇੱਕ ਤਰ੍ਹਾਂ ਲੱਕ ਟੁੱਟ ਗਈ ਹੈ, ਤਬ ਲੱਲਾ ਬੇਗ ਬੜ ਕੋਪ ਤਹਾਰ, ਪਰ ਹੁਣ ਜੰਗ ਦੇ ਵਿੱਚ ਕੋਈ ਦੂਸਰਾ ਰਾਹ ਨਹੀਂ ਹੁੰਦਾ, ਜੰਗ ਤੋਂ ਜੰਗ ਹੀ ਹੁੰਦਾ ਹੈ, ਲੱਲਾ ਬੇਗ ਜੋਸ਼ ਵਿੱਚ ਆ ਗਿਆ, ਗੁਰਜੀਤ ਹੋਤ ਸਕ ਹੈ ਨਸਾਰ, ਮਨ ਵਿੱਚ ਸੋਚ ਲਿਆ ਵੀ ਮੈਂ ਗੁਰੂ ਨੂੰ ਜਿੱਤ ਨਹੀਂ ਸਕਾਂਗਾ, ਸੌ ਸੁਭੱਟ ਸੰਗ ਜਿਸ ਕੇ ਉਦਾਰ, ਹੁਣ ਬਸ ਸਿਰ ਥੋੜੇ ਜਿਹੇ ਸਿਪਾਹੀ ਬਾਕੀ ਰਹਿ ਗਏ ਨੇ, ਸੌਕ ਨਿਤ ਰਹਿਤ ਸਾਥ ਬਾਂਕੇ ਜੁਝਾਰ, ਇਹ ਬੜੇ ਬੜੇ ਸੂਰਮੇ ਬਾਂਕੇ ਜੁਝਾਰ ਯੋਧਿਆਂ ਦੀ ਫੌਜ ਆਪਣੇ ਵਾਸਤੇ ਉਹਨੇ ਰਿਜ਼ਰਵ ਰੱਖੀ ਹੋਈ ਸੀ, ਬਿਲਖਾਨ ਪਾਨ ਜਿਨ ਸੋ ਕਰੰਤ, ਇਹ ਉਹ ਬੰਦੇ ਸਨ ਜਿਨ੍ਹਾਂ ਨਾਲ ਲੱਲਾ ਬੇਗ ਬਹਿ ਕੇ ਰੋਜ਼ ਗੱਪ ਸ਼ੱਪ ਮਾਰਦਾ ਸੀ, ਕਦੀ ਪਿਆਲਾ ਪੀਂਦਾ ਸੀ, ਕਦੀ ਉਹਨਾਂ ਨਾਲ ਬਹਿ ਕੇ ਜੂਆ ਖੇਡਦਾ ਸੀ, ਕਦੀ ਤਾਸ਼ ਖੇਡਦਾ ਸੀ, ਉਹਨਾਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹਸ ਬੇ ਬਿਲਾਸ ਆਨੰਦ ਤਰੰਗ, ਜਿਨ੍ਹਾਂ ਨਾਲ ਹਾਸ ਬਿਲਾਸ ਕਰਦਾ ਸੀ, ਜਿਹੜੇ ਉਹਦੇ ਪਿਆਲੇ ਦੇ ਯਾਰ ਸਨ, ਅੰਤ ਜੰਗ ਮਹਿ ਪ੍ਰਥਮ ਜਾਨ, ਔਰ ਉਹਨਾਂ ਨੂੰ ਆਪਣੇ ਨਾਲ ਜੰਗ ਦੇ ਵਿੱਚ ਸਭ ਤੋਂ ਵੱਡਾ ਆਪਣਾ ਮਦਦਗਾਰ ਸਮਝਦਾ ਸੀ, ਗਿਣਦਾ ਸੀ ਵੀ ਇਹ ਮੇਰੇ ਸਾਥੀ ਹਨ, ਸਭ ਲਖ ਹੈ ਸ਼ਸਤਰ ਵਿਦਿਆ ਮਹਾਨ, ਔਰ ਉਹ ਵੀ ਸਾਰੇ ਬੜੇ ਚੰਗੇ ਚੰਗੇ ਜਵਾਨ ਸਨ, ਸੱਤ ਸੱਤ ਫੁੱਟੇ ਦੁੰਬੇ ਖਾਣ ਵਾਲੇ ਮੁਗਲ ਪਠਾਨ, ਤੇ ਜੰਗ ਦੀ ਵਿਦਿਆ ਬੜੀ ਜਾਣਦੇ ਸਨ, ਜਿਨ ਸੰਗ ਬਾਰਨੀ ਪਾਨ ਕੀਨ, ਜਿਨ੍ਹਾਂ ਨਾਲ ਬਹਿ ਕੇ ਸੈਂਕੜੇ ਵਾਰੀ ਲੱਲਾ ਬੇਗ ਨੇ ਸ਼ਰਾਬ ਪੀਤੀ ਸੀ, ਤਨ ਅਲੰਕਾਰ ਤਹਰੇ ਪ੍ਰਵੀਨ, ਔਰ ਬੜੇ ਸੋਹਣੇ ਸੋਹਣੇ ਗਹਿਣੇ ਉਹਨਾਂ ਨੂੰ ਪਵਾਉਂਦਾ ਸੀ, ਹਾਰ ਸ਼ਿੰਗਾਰ ਕੇ ਰੱਖਦਾ ਸੀ, ਕੁਲ ਮੁਗਲ ਡੀਲ ਗੋਰੇ ਦਰਾਜ, ਕਹਿੰਦੇ ਮੁਗਲ ਸਨ, ਪਠਾਨ ਸਨ, ਬੜੇ ਬੜੇ ਲੰਮੇ ਜਵਾਨ ਗੋਰੇ ਰੰਗ ਦੇ, ਗੱਲਾਂ ਉਹਨਾਂ ਦੀਆਂ ਸੇਬ ਤਰ੍ਹਾਂ ਭਖਦੀਆਂ ਸਨ, ਬੜ ਮੁੰਡ ਮੁੰਡ ਮੁਖ ਮਾਸ ਖਾਜ, ਉਹ ਕਹਿੰਦੇ ਉਹਨਾਂ ਦੇ ਸਿਰ ਬੜੇ ਬੜੇ ਵੱਡੇ ਦਵਾਣਿਆਂ ਵਰਗੇ ਮੁੰਨੇ ਹੋਏ ਮੁੰਡੇ ਹੋਏ, ਦਾੜੀਆਂ ਰੱਖੀਆਂ ਹੋਈਆਂ, ਤੇ ਇਕੱਲੇ ਇਕੱਲੇ ਹੀ ਉਹ ਬੱਕਰਾ ਭੇਡ ਇਕੱਲੇ ਹੀ ਖਾ ਜਾਂਦੇ, ਦਸ ਦਸ ਕਿਲੋ ਪੰਦਰਾਂ ਪੰਦਰਾਂ ਕਿਲੋ ਮੀਟ ਹੀ ਖਾ ਜਾਂਦੇ, ਦੋ ਦੋ ਬੋਤਲਾਂ ਸ਼ਰਾਬ ਪੀ ਜਾਂਦੇ, ਤੇ ਫਿਰ ਵੀ ਪਰਵਾਹ ਨਹੀਂ ਕਰਦੇ, ਇਹੋ ਜਿਹੇ ਸੂਰਮੇ ਸਨ, ਬਹੁ ਮੋਲ ਵਸਤਰ ਉਪਰ ਤੁਰੰਤ, ਤੇ ਕੱਪੜੇ ਵੀ ਬੜੇ ਬੜੇ ਆਲਾ ਦਰਜੇ ਦੇ ਮਹਿੰਗੇ ਕੱਪੜੇ ਪਾਉਂਦੇ ਸਨ ਸ਼ੌਂਕੀਆ, ਕਿਉਂਕਿ ਉਹ ਵੱਡੇ ਬੰਦੇ ਸਨ ਸਾਰੇ ਹੀ, ਗਹਿ ਗਹਿ ਕਮਾਨ ਤਹਾਏ ਤੁਰੰਤ, ਉਹ ਹੁਣ ਲੱਲਾ ਬੇਗ ਦੇ ਨਾਲ ਉਹਦੇ ਪੁੱਤਰ ਦਾ ਬਦਲਾ ਲੈਣ ਲਈ ਕਾਸ਼ਮ ਬੇਗ ਦੀ ਮੌਤ ਦਾ ਗੁੱਸਾ ਖਾ ਕੇ ਦੌੜੇ ਨੇ ਅੱਗੇ ਨੂੰ, ਵਾਹਨ ਵਿਸਾਲ ਕੇ ਤੇ ਪਠਾਨ, ਆਪਣੀਆਂ ਤੀਰ ਕਮਾਨਾਂ ਦੇ ਚੋਂ ਤੀਰ ਚਲਾਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਨੇ ਮੁਗਲ ਪਠਾਣਾ ਨੇ, ਨਜ਼ਰ ਰੱਖੇ ਆਨ ਸਭ ਤੇ ਮਹਾਨ, ਔਰ ਬੜੇ ਆਪਣੇ ਆਪ ਨੂੰ ਸੂਰਮੇ ਸਮਝਣ ਵਾਲੇ ਹਨ, ਮਹਾਨ ਯੋਧੇ ਹਨ, ਜਿਨ ਮਹਿ ਬਹਾਦਰੀ ਕਹਿ ਬੁਲੰਦ, ਜਿਨ੍ਹਾਂ ਚ ਬੜੀ ਬਹਾਦ
ਬਹਾਦਰੀ ਹੈ, ਬੜੀ ਦਲੇਰੀ ਹੈ, ਚਲਤ ਰੰਗ ਚਾਲਤ, ਬੜੇ ਘੋੜੇ ਉਹਨਾਂ ਕੋਲ ਜੰਗੀ ਹਨ, ਰੂਮ ਦੇਸ਼ ਦੇ, ਇਰਾਕ ਦੇਸ਼ ਦੇ, ਉਹ ਜਿਹੜੇ ਉੱਡਦੇ ਜਾਂਦੇ ਹਵਾ ਦੇ ਵਿੱਚ ਬਲਵਾਨ ਘੋੜੇ ਹਨ। ਲੱਲਾ ਬੇਗ ਦੇ ਸੰਗ ਬੇਗ, ਲੱਲਾ ਬੇਗ ਉਹਨਾਂ 100 ਸਾਥੀਆਂ ਨੂੰ ਨਾਲ ਲੈ ਕੇ ਨਿਕਲਿਆ ਬਾਹਰ, ਵਿੱਚ ਪਰਿਓ ਜੰਗ ਗਹ ਤੇਜ਼ ਤੇਗ, ਔਰ ਜੰਗ ਦੇ ਮੈਦਾਨ 'ਚ ਆ ਗਿਆ ਤਿੱਖੀ ਤਲਵਾਰ ਲੈ ਕੇ, ਜਹ ਪਰਿਓ ਪੁੱਤਰ ਕੋ ਹੱਥ ਸਰੀਰ, ਜਿੱਥੇ ਪੁੱਤਰ ਕਾਸ਼ਮ ਬੇਗ ਦੀ ਲਾਸ਼ ਪਈ ਸੀ। ਇੱਕ ਵਾਰ ਪਹੁੰਚਬੋ ਚਹਿ ਸਤੀਰ, ਆਪਣੇ ਪੁੱਤਰ ਦੀ ਲਾਸ਼ ਕੋਲ ਪਹੁੰਚਣਾ ਚਾਹੁੰਦਾ ਹੈ, ਵੇਖਣਾ ਚਾਹੁੰਦਾ ਹੈ ਪੁੱਤਰ ਨੂੰ, ਮੁਕਤੰਤ ਤੀਰ ਤੋਂ ਮਰ ਉਭਾਰ, ਤੀਰ ਚਲਾਉਂਦੇ, ਗੋਲੀਆਂ ਚਲਾਉਂਦੇ, ਇਹ ਅੱਗੇ ਵਧੇ ਹਨ। ਗਮਨੰਤ ਅਗਰ ਕਹਿ ਮਾਰ ਮਾਰ, ਮਾਰ ਲੋ ਕਰਦੇ ਅੱਗੇ ਆ ਰਹੇ ਨੇ, ਨਿਜ ਹਾਰ ਜਾਨ ਬਹੁ ਰਿਸਤ ਵੀਰ, ਆਪਣੀ ਹਾਰ ਦਾ ਗੁੱਸਾ ਵੀ ਹੈ, ਮੇਰੀ ਫੌਜ ਹਾਰ ਰਹੀ ਹੈ। ਮੁਗਲਨ ਪਠਾਨ ਮਹਿ ਨੀਕ ਧੀਰ, ਮੁਗਲ ਪਠਾਣਾ ਨੂੰ ਗੁੱਸਾ ਚੜ ਗਿਆ ਹੈ। ਗੁਰਸੂਰ ਵਧੇ ਦੀ 900 ਮੋਰ, ਆ ਗੁਰੂ ਦੀ ਫੌਜ ਜਿਹੜੀ ਅੱਗੇ ਵਧੀ ਸੀ ਉਹਨਾਂ ਨੂੰ ਪਿੱਛੇ ਹਟਾ ਤਾ ਲੱਲਾ ਬੇਗ ਨੇ। ਇੱਕ ਵਾਰ ਚੁੰਗ ਮਿਲਕੀਨ ਜ਼ੋਰ, ਇੱਕ ਵਾਰੀ ਤਾਂ ਲੱਲਾ ਬੇਗ ਨੇ ਸਿੱਖਾਂ ਦੇ ਪੈਰ ਹਿਲਾ ਦਿੱਤੇ ਨੇ। ਤਪਕ ਤੜਾਕ ਤੀਰਨ ਸੜਾਕ, ਕਾੜ ਕਾੜ ਕਰਦੀਆਂ ਗੋਲੀਆਂ, ਤਾੜ ਤਾੜ ਕਰਦੀਆਂ ਗੋਲੀਆਂ ਚਲੀਆਂ ਨੇ, ਕਾੜ ਖੜਗ ਹੱਥ ਤਾਕ ਤਾਕ, ਔਰ ਤਲਵਾਰਾਂ ਤੀਰਾਂ ਨੇ ਜੰਗ ਮਚਾ ਦਿੱਤਾ ਹੈ। ਘਨੇ ਕਹਲ ਘਮਸਾਨ ਕਹਾਏ, ਘਮਸਾਨ ਦਾ ਯੁੱਧ ਕੀਤਾ ਹੈ, ਫਿਰ ਪਰੇ ਸੁਪਟ ਬਹੁ ਜੰਗ ਥਾਏ, ਔਰ ਮੈਦਾਨੇ ਜੰਗ ਚ ਸੂਰਮੇ ਡਿੱਗੇ ਹਨ। ਇੱਕ ਪੁੱਤਰ ਲੋਥ ਮਿਲ ਰਹਿਸ ਧੂਰ, ਜਦੋਂ ਵੇਖਿਆ ਜਾ ਕੇ ਪਿਆਰਾ ਨੌਜਵਾਨ 22 ਸਾਲਾਂ ਦਾ ਗੱਭਰੂ ਪੁੱਤਰ ਮਰਿਆ ਪਿਆ ਹੈ। ਬਹੁ ਸ਼ੋਕ ਧਾਰ ਜਲ ਨੈਨਪੁਰ, ਆਪਣੇ ਪੁੱਤਰ ਦੀ ਲਾਸ਼ ਵੇਖ ਕੇ ਲੱਲਾ ਬੇਗ ਦਾ ਰੋਣਾ ਰੁਕਿਆ ਨਹੀਂ, ਕੁਛ ਥਰਿਓ ਉਹ ਧਾਈ ਮਾਰ ਕੇ ਰੋ ਪਿਆ ਹੈ। ਕੁਛ ਥਰਿਓ ਨਿਕਟ ਨਹਿ ਦੇਖ ਸਕਾ ਹੈ, ਕਹਿੰਦੇ ਕੁਝ ਮਿੰਟ ਆਪਣੇ ਪੁੱਤਰ ਦੀ ਲਾਸ਼ ਕੋਲ ਖੜਿਆ ਵੇਖ ਨਹੀਂ ਸਕਿਆ। ਜਨ ਫਟਤ ਰਿਦਾ ਬਹੁ ਕਸ਼ਟ ਮਾਹੇ, ਪੁੱਤਰ ਦੀ ਲਾਸ਼ ਵੇਖ ਕੇ ਜਿਵੇਂ ਕਾਲਜਾ ਫਟਦਾ ਜਾ ਰਿਹਾ ਸੀ। ਤਬ ਲੋ ਸੁਪਟ ਜੇਠਾ ਪ੍ਰਚੰਡ, ਸਾਧ ਸੰਗਤ ਜੀ ਇਹਨੇ ਨੂੰ ਭਾਈ ਸਾਹਿਬ ਭਾਈ ਜੇਠਾ ਗੁਰੂ ਦੀ ਫੌਜ ਦਾ ਯੋਧਾ ਆ ਗਿਆ। ਬੰਡ ਬੜੋ ਚਿਤ ਚਹਿ ਕਮਾਂਡ, ਬੜਾ ਸੂਰਮਾ ਜੰਗ ਦਾ ਜਰਨੈਲ ਭਾਈ ਜੇਠਾ, ਕਰ ਤੁੰਦ ਤੁਰੰਗਮ ਅਗਰ ਜਾ, ਆਪਣੇ ਘੋੜੇ ਨੂੰ ਤੇਜ ਕਰਕੇ ਸਮਦਾਏ ਬਾਨ ਮਾਰੇ ਰਸਾਏ, ਕੰਨਾਂ ਦਾ ਖਿਚ ਖਿਚ ਤੀਰ ਮਾਰਦਾ ਹੈ ਜੇਠਾ। ਲੱਲਾ ਬੇਗ ਤਹਿ ਸਮੁਖ ਹੋਏ, ਜਿੱਥੇ ਲੱਲਾ ਬੇਗ ਹੈ ਉਹਦੇ ਸਾਹਮਣੇ ਜਾ ਗੱਜਿਆ ਭਾਈ ਜੇਠਾ, ਰੁਪ ਰਹੇ ਉਹ ਵੀਰ ਸ਼ਤਰਨ ਪਰੋਏ, ਉਹ ਵੈਰੀਆਂ ਦੇ ਉੱਤੇ ਤੀਰਾਂ ਦੀ ਵਰਖਾ ਕਰਦਾ ਭਾਈ ਜੇਠਾ। ਮੁਗਲਾਂ ਬੀਚ ਗਰਜਿਓ ਬਿਲੰਦ, ਮੁਗਲਾਂ ਦੀ ਫੌਜ ਜਾ ਕੇ ਗਰਜਿਆ ਬੱਬਰ ਸ਼ੇਰ ਤਰ੍ਹਾਂ ਭਾਈ ਜੇਠਾ, ਤਰਾਸ਼ ਸ਼ਸਤਰ ਕਹਿ ਕਰ ਨਿਕੰਦ, ਔਰ ਕਹਿੰਦੇ ਵੈਰੀ ਦੇ ਨਾਸ ਕਰੀ ਜਾਂਦਾ ਤੀਰਾਂ ਦੇ ਨਾਲ। ਲੱਲਾ ਬੇਗ ਕੋ ਕਰਨ ਘਾਤ, ਭਾਈ ਜੇਠਾ ਲੱਲਾ ਬੇਗ ਨੂੰ ਮਾਰਨਾ ਚਾਹੁੰਦਾ ਹੈ। ਕਰਾ ਚੋਲ ਖੈਂਚੋ ਰਸਾਤ, ਔਰ ਮਿਆਨ ਚੋਂ ਤੇਗ ਖਿੱਚ ਲਈ ਹੈ, ਹੈ ਪ੍ਰੇਰ ਸਮੁਖ ਕੀ ਨੇਰ ਜਾਏ, ਔਰ ਘੋੜਾ ਪ੍ਰੇਰ ਕੇ ਜਾ ਲੱਲਾ ਬੇਗ ਦੇ ਨੇੜੇ ਪਹੁੰਚਿਆ ਭਾਈ ਜੇਠਾ, ਵੀ ਹੁਣ ਮੈਂ ਲੱਲਾ ਬੇਗ ਨੂੰ ਹੀ ਮਾਰ ਕੇ ਲੜਾਈ ਦਾ ਹੀ ਖਾਤਮਾ ਕਰ ਦਿਆਂਗਾ। ਸਿਰ ਕੋ ਪ੍ਰਹਾਰ ਦੀਨ ਚਲਾਏ, ਔਰ ਉਹਨੇ ਭਰਵਾਂ ਵਾਰ ਤਲਵਾਰ ਦਾ ਲੱਲਾ ਬੇਗ ਦੇ ਸਿਰ ਤੇ ਕੀਤਾ। ਲੱਗ ਗਏ ਲੋਹ ਪਰ ਨਿਫਲ ਘਾਤ, ਪਰ ਉਹ ਤਲਵਾਰ ਦਾ ਵਾਰ ਲੋਹੇ ਤੇ ਵੱਜਾ ਭਾਵ ਉਹ ਨਿਸਫਲ ਹੋ ਗਿਆ, ਵਾਰ ਲੱਗਾ ਨਹੀਂ ਟਿਕਾਣੇ ਤੇ। ਤਬ ਲੱਲਾ ਬੇਗ ਔਰ ਬਹੁ ਰਿਸਾਤ, ਲੱਲਾ ਬੇਗ ਬੜੇ ਗੁੱਸੇ ਨਾਲ ਆ ਕੇ ਨਿਜ ਖੜਗ ਖੈਂਚ ਕੀ ਨਸ ਪ੍ਰਹਾਰ, ਆਪਣੀ ਤਲਵਾਰ ਦਾ ਵਾਰ ਭਾਈ ਜੇਠਾ ਜੀ ਤੇ ਕਰ ਦਿੱਤਾ। ਹੈ ਚਪਲ ਹੋਤ ਕੇ ਲਗ ਸਵਾਰ, ਭਾਈ ਸਾਹਿਬ ਜੀ ਦਾ ਘੋੜਾ ਪਿਛਾ ਮੁੜਨ ਲੱਗਾ ਸੀ ਕਿ ਘੋੜੇ ਨੂੰ ਵੱਜਾ ਤਲਵਾਰ ਦਾ ਵਾਰ, ਕੁਛ ਤਨਕ ਘਾਵ ਸ਼ਰੋਣਤ ਚਲਾਂ, ਭਾਈ ਜੇਠੇ ਦਾ ਘੋੜਾ ਥੋੜਾ ਜ਼ਖਮੀ ਹੋ ਗਿਆ ਤੇ ਖੂਨ ਵਗਣ ਲੱਗਾ ਉਹਦੇ ਸਰੀਰ ਚੋਂ। ਜੇਠਾ ਸੁਬੀਰ ਜੇਠਾ ਲਰੰਤ, ਭਾਈ ਜੇਠਾ ਬੜੀ ਬਹਾਦਰੀ ਨਾਲ ਲੜ ਰਿਹਾ ਹੈ ਲੱਲਾ ਬੇਗ ਨਾਲ। ਖੜਗ ਚਲਤ ਮੁਗਲਾਨ ਦੇਖ, ਔਰ ਜਦੋਂ ਵੇਖਿਆ ਲੱਲਾ ਬੇਗ ਦੀ ਤੇ
ਜੇਠੇ ਦੀ ਤਲਵਾਰ ਆਪਸ ਚੱਲ ਪਈ ਹੈ, ਮੁਗਲਾਂ ਨੇ ਵੇਖੀ। ਸਭ ਪਰੇ ਆਨ ਉਹ ਰੜ ਵਿਸ਼ੇਕ, ਉਹ ਸਾਰੇ ਮੁਗਲ ਭਾਈ ਜੇਠੇ ਦੇ ਆਲੇ ਦੁਆਲੇ ਹੋ ਗਏ ਤੇ ਕੱਲੇ ਸਿੱਖ ਨੂੰ ਘੇਰ ਲਿਆ। ਇਹ ਖੜਗ ਤੁਪਕ ਨੇਜ਼ਾ ਉਭਾਰ, ਕਿਸੇ ਨੇ ਬਰਛਾ ਤੇ ਕਿਸੇ ਨੇ ਤਲਵਾਰ ਤੇ ਕਿਸੇ ਨੇ ਤੀਰ ਦਾ ਵਾਰ ਕੀਤਾ। ਸਭ ਪਰੇ ਜਾਏ ਕਹਿ ਮਾਰ ਮਾਰ, ਮਾਰ ਲੋ ਮਾਰ ਲੋ ਭਾਈ ਜੇਠੇ ਨੂੰ ਪੈ ਗਏ ਸਾਰੇ ਹੀ। ਘਿਰ ਗਇਓ ਵੀਰ ਇੱਕ ਸਭ ਨਮਾਹੇ, ਕੱਲਾ ਭਾਈ ਜੇਠਾ ਸੈਂਕੜਿਆਂ ਚ ਘਿਰ ਗਿਆ। ਮੁਖ ਸ਼ਮਸ ਸੇਤ ਬੜ ਬੈਸ ਜਾਹੇ, ਕਹਿੰਦੇ ਦਾੜਾ ਚਿੱਟਾ ਸੀ, ਉਮਰ 65 ਸਾਲ ਟੱਪ ਚੁੱਕੀ ਸੀ। ਭਾਈ ਜੇਠਾ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਹੋਏ ਨੇ, ਪੰਜਵੇਂ ਪਾਤਸ਼ਾਹ ਦੇ, ਅਤੇ ਉਸ ਵੇਲੇ ਵੀ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦਿੱਤੀ ਸੀ। ਉਹ 65-70 ਸਾਲ ਦੀ ਉਮਰ ਦੇ ਹੋ ਚੁੱਕੇ, ਪਰ ਸਰੀਰ 'ਚ ਜੁੱਸਾ ਜਿਹੜਾ ਸੀ ਨੌਜਵਾਨਾਂ ਵਰਗਾ ਸੀ। ਬੜੇ ਸੂਰਮੇ ਲੜੀ ਗਏ ਹਨ ਭਾਈ ਜੇਠਾ ਜੀ। ਸਭ ਦਿਸ਼ਣ ਝਿਜਕ ਬਾਹਰ ਪ੍ਰਹਾਰ, ਕਹਿੰਦੇ ਬੇਝਕ ਨਿਝਕ ਹੋ ਕੇ ਸਾਰੇ ਪਾਸਿਓਂ ਵਾਰ ਰੋਕਦਾ ਵੀ ਹੈ ਤੇ ਮਾਰਦਾ ਵੀ ਹੈ। ਇੱਕ ਮੁਗਲ ਕੰਧ ਕਰ ਵਾਰ ਚਾਰ, ਇੱਕ ਮੁਗਲ ਦੇ ਮੋਢੇ ਤੇ ਤਲਵਾਰ ਮਾਰੀ ਜ਼ੋਰ ਦੇ ਨਾਲ ਜੇਠੇ ਨੇ। ਹੈ ਤਰੇ ਗੇਰ ਕਰ ਕੋਪ ਸਾਥ, ਉਹਦਾ ਮੋਢਾ ਵੱਢ ਦਿੱਤਾ ਤੇ ਮੁਗਲ ਘੋੜਿਓਂ ਥੱਲੇ ਡਿੱਗ ਪਿਆ। ਪੁਨ ਦੁਤੀਏ ਦਿਸ਼ਾ ਹੋਏ ਖੜਗ ਹਾਰ, ਜਦੋਂ ਦੂਜੇ ਪਾਸੇ ਤਲਵਾਰ ਦਾ ਵਾਰ ਕਰਨ ਲੱਗਾ, ਝਿਜਕਾਏ ਸਭ ਨੇ ਇੱਕ ਕਹਿ ਪ੍ਰਹਾਰ, ਕਹਿੰਦੇ ਸਾਰਿਆਂ ਨੂੰ ਦੇ ਕੇ ਝੁਕਾਨੀ ਦੇ ਕੇ ਫਿਰ ਮਾਰੀ ਤਲਵਾਰ। ਚਹੁੰ ਦਿਸ਼ਾ ਮੁਗਲ ਢੁਕੇ ਪੁਕਾਰ, ਚਾਰੇ ਪਾਸਿਓਂ ਮੁਗਲਾਂ ਨੇ ਘੇਰਾ ਪਾ ਲਿਆ। ਪਰ ਵੇਖ ਜਥਾ ਸਸ ਸੂਰ ਪਾਏ, ਜਿਵੇਂ ਸਾਧ ਸੰਗਤ ਜੀ ਸੂਰਜ ਨੂੰ ਚੰਦਰਮਾ ਨੂੰ ਤਾਰੇ ਘੇਰ ਲੈਂਦੇ ਹੈ ਨਾ ਆਲੇ ਦੁਆਲੇ, ਤਿਮ ਗਰਜ ਬੀਚ ਸਭ ਮਹਿ ਸੁਹਾਏ। ਇਹਦਾ ਭਾਈ ਜੇਠੇ ਨੂੰ ਮੁਗਲਾਂ ਨੇ ਘੇਰ ਲਿਆ, ਪਰ ਉਹ ਗਰਜ ਰਿਹਾ ਸੀ, ਕਰਤ ਸ਼ੀਘਰਤਾ ਨਿਜ ਬਚਾਏ, ਔਰ ਬੜੀ ਫੁਰਤੀ ਨਾਲ ਆਪ ਦੁਸ਼ਮਣ ਦੇ ਵਾਰ ਰੋਕ ਕੇ ਵਾਰ ਕਰ ਰਿਹਾ ਸੀ। ਉਤ ਫਿਰੰਤ ਸੁਤਰੂਨ ਕਹਾਏ, ਇੱਧਰ ਉੱਧਰ ਫਿਰ ਰਿਹਾ ਸੀ, ਮੈਦਾਨੇ ਜੰਗ ਚ ਦੁਸ਼ਮਣਾਂ ਨੂੰ ਮਾਰੀ ਜਾਂਦਾ ਸੀ। ਅਲੀ ਬੇਗ ਤੋਂ ਮਰ ਉਭਾਰ, ਉਹਨਾਂ ਵਿੱਚੋਂ ਇੱਕ ਅਲੀ ਬੇਗ ਨਾਮ ਦੇ ਤੁਰਕ ਮੁਗਲ ਨੇ ਬਰਛਾ ਮਾਰਿਆ। ਓਏ ਬਾਮ ਦਿਸ਼ਾ ਕੀ ਨੋ ਪ੍ਰਹਾਰ, ਭਾਈ ਸਾਹਿਬ ਦੇ ਖੱਬੇ ਪਾਸਿਓਂ ਨੇ ਵਾਰ ਕੀਤਾ। ਲਗ ਗਏ ਬੱਬਰ ਫੋਰਿਓ ਵਿਸਾਰ, ਭਾਈ ਸਾਹਿਬ ਦੀ ਆ ਵੱਖੀ ਦੇ ਵਿੱਚ ਬਰਛਾ ਵੱਜਾ, ਜਿਹੜੀਆਂ ਪਸਲੀਆਂ ਨੇ ਜਿਹਨੂੰ ਆਪਾਂ ਬੱਬਰ ਕਹਿੰਦੇ ਹਾਂ, ਇਹਦੇ ਵਿੱਚ ਜਦੋਂ ਵੱਜਾ ਤੇ ਪਾਰਲੇ ਪਾਸੇ ਲੰਘ ਗਿਆ। ਉਹਨੇ ਚੱਲਿਓ ਕਾੜ ਕਰ ਮਨੋ ਮਾਰ, ਕਹਿੰਦੇ ਭਾਈ ਸਾਹਿਬ ਜੀ ਨੂੰ ਚੀਰ ਕੇ ਬਰਛਾ ਪਾਰ ਲੰਘ ਗਿਆ, ਜਿਵੇਂ ਸੱਪ ਖੁੱਡ ਚੋਂ ਪਾਰ ਹੋ ਜਾਂਦਾ। ਬਹੁ ਕ੍ਰੋਧ ਰਿਦੇ ਨੇ ਕਹਾਵ ਜਾਨ, ਕਹਿੰਦੇ ਗੁੱਸੇ 'ਚ ਆਏ ਹੋਏ ਨੇ, ਉਹਦੀ ਵੀ ਪਰਵਾਹ ਨਹੀਂ ਕੀਤੀ ਜੇਠੇ ਨੇ, ਬਰਛਾ ਖਾ ਕੇ ਵੀ ਡਿੱਗਾ ਨਹੀਂ ਹੈ। ਇਹ ਗੈਲ ਹੋਏ ਕਰ ਹੱਥ ਕਿਰਪਾਨ, ਕਹਿੰਦੇ ਅੱਗੇ ਵੱਧ ਕੇ ਉਸ ਅਲੀ ਬੇਗ ਨੂੰ ਤਲਵਾਰ ਨਾਲ ਝਟਕ ਦਿੱਤਾ। ਸੋ ਲਇਓ ਗੇਰ ਕਰ ਪ੍ਰਾਣ ਨਾਸ਼, ਜਿਹਦੇ ਬਰਛੇ ਨਾਲ ਭਾਈ ਸਾਹਿਬ ਜੀ ਬਹੁਤ ਕਾਰੀ ਜ਼ਖਮੀ ਹੋ ਗਏ, ਭਾਵ ਮਰਨ ਵਾਲੇ ਹੋ ਗਏ, ਪਰ ਮਰਨ ਤੋਂ ਪਹਿਲਾਂ ਮਾਰਨ ਵਾਲੇ ਨੂੰ ਪਾਰ ਬੁਲਾ ਗਏ। ਬਹੁਤ ਤੁਰਕ ਆਨ ਕਰ ਢੁਕੇ ਪਾਸ, ਬਹੁਤ ਸਾਰੇ ਤੁਰਕ ਆ ਕੇ ਭਾਈ ਜੇਠੇ ਦੇ ਵਾਰ ਕਰਨ ਲੱਗੇ। ਇਨਕੇ ਪ੍ਰਹਾਰ ਬਹੁ ਖਾਏ ਖਾਏ, ਉਹਨਾਂ ਦੀਆਂ ਸੱਟਾਂ ਖਾ ਖਾ ਕੇ, ਤਲਵਾਰਾਂ ਬਰਛੇ ਨੇਜੇ ਖਾ ਖਾ ਕੇ, ਹੁਣ ਪਹੁੰਚ ਪਹੁੰਚ ਰੇ ਪਕਾਏ ਖਾਏ, ਫਿਰ ਵੀ ਵੈਰੀ ਨੂੰ ਮਾਰਦਾ ਸੀ ਅੱਗੇ ਵੱਧ ਵੱਧ ਕੇ। ਤਬ ਗਿਰਿਓ ਆਪ ਬਹੁ ਰਿਪਨ ਮਾਰ, ਜਿਸਲੇ ਅਖੀਰਲਾ ਸਵਾਸ ਆਇਆ ਤੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਧਰਤੀ ਤੇ ਡਿੱਗਾ ਹੈ। ਚੜ ਗਾ ਵਿਮਾਨ ਬੜ ਮੋਦ ਤਹਾਰ, ਆਤਮਾ ਨੇ ਉਡਾਰੀ ਮਾਰੀ ਹੈ ਤੇ ਵਿਮਾਨ ਵਿੱਚ ਚੜ ਕੇ ਸੱਚਖੰਡ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਚੱਲਿਆ ਹੈ। ਲਲਾ ਬੇਗ ਬਿਸਮਿਓ ਬਿਲੰਦ, ਲਲਾ ਬੇਗ ਵੇਖ ਕੇ ਹੈਰਾਨ ਹੋ ਗਿਆ ਵੀ ਇਕੱਲੇ ਸਿੱਖ ਦਾ ਕਿੰਨਾ ਹੌਸਲਾ, ਤੇ ਬਜ਼ੁਰਗ ਉਮਰ ਦੇ ਵਿੱਚ 65-65 ਸਾਲਾਂ ਦੀ ਉਮਰ, ਚਿੱਟੀ ਦਾੜੀ
ਤੇ ਇੰਨਾ ਇਹਨੇ ਪਰਾਕਰਮ ਦਿਖਾਇਆ, ਇੰਨਾ ਹੌਸਲਾ ਦਿਖਾਇਆ। ਬਹੁਤ ਲਰਿਓ ਬਹਾਦਰ ਉਹ ਜਵਾਨ ਦੋ, ਕਹਿੰਦੇ ਬੜਾ ਬਹਾਦਰ, ਬੜਾ ਸੂਰਮਾ, ਬੜਾ ਯੋਧਾ ਸੂਰਮਾ, ਭਾਈ ਜੇਠਾ ਸ਼ਹੀਦੀ ਪਾ ਗਿਆ ਹੈ। ਗੁਰ ਸੁਭੱਟ ਵੱਡੇ ਲਸ਼ਕਰ ਖਪਾਏ, ਗੁਰੂ ਸਾਹਿਬ ਦੀ ਫੌਜ ਨੇ ਬੜੇ ਬੜੇ ਵੈਰੀਆਂ ਦੇ ਲਸ਼ਕਰ ਤਬਾਹ ਕਰ ਦਿੱਤੇ, ਫਨਾਹ ਕਰ ਦਿੱਤੇ ਹਨ। ਹੋਏ ਟੂਕ ਟੂਕ ਹੈ ਜੁੱਤ ਨਿਸਾਏ, ਟੋਟੇ ਟੋਟੇ ਹੋ ਕੇ ਭਾਈ ਜੇਠਾ ਜੀ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ ਸ਼ਹੀਦੀ ਪਾ ਗਏ ਨੇ। ਬਿਨ ਤਰਾਸ ਲੜਤ ਨਹਿ ਗਿਨ ਹੈ ਬ੍ਰਿੰਦੋ, ਕਹਿੰਦੇ ਇਹੋ ਜਿਹੇ ਸਿੱਖ ਨੇ ਗੁਰੂ ਦੇ ਕੋਲ ਜਿਹੜੇ ਭੈ ਮੰਨਦੇ ਹੀ ਨਹੀਂ। ਭੈ ਕਾਹੂ ਕਹੋ ਦੇਤ ਨੇ, ਨਹਿ ਭੈ ਮਾਨ ਧਿਆਨ, ਨਾ ਕਿਸੇ ਨੂੰ ਡਰਾਉਂਦੇ ਹੈ ਤੇ ਨਾ ਇਹ ਕਿਸੇ ਤੋਂ ਡਰਦੇ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਇਹੋ ਜਿਹੇ ਗੁਰੂ ਦੇ ਸਿੱਖ ਹਨ। ਬਹੁਤ ਤੁਰਕ ਮਾਰ ਕਰ ਜਤ ਬਿਲੰਦ, ਕਹਿੰਦੇ ਵੈਰੀਆਂ ਨੂੰ ਤੁਰਕਾਂ ਨੂੰ ਮਾਰ ਮਾਰ ਕੇ ਗਰਜਦੇ ਹਨ ਸ਼ੇਰਾਂ ਤਰ੍ਹਾਂ। ਇਮ ਗੁਰੂ ਕਰਹਿ ਜਬ ਬੀਚ ਆਏ, ਕਹਿੰਦੇ ਲਲਾ ਵੇਗ ਸੋਚਣ ਲੱਗ ਪਿਆ ਜੇ ਕਦੀ ਗੁਰੂ ਹਰਗੋਬਿੰਦ ਸਾਡੇ ਚ ਇਸੇ ਤਰ੍ਹਾਂ ਘਿਰ ਜਾਵੇ, ਗਹਿਲੇ ਘੇਰ ਕੇ ਮੈਂ ਜਾਣ ਪਾਏ, ਅਸੀਂ ਉਹਨੂੰ ਜਿਉਂਦੇ ਫੜਾਂਗੇ, ਫਿਰ ਨਹੀਂ ਜਾਣ ਦੇ। ਆਹ ਜੇਠਾ ਦੇ ਅਸੀਂ ਮਾਰ ਦਿੱਤਾ ਪਰ ਗੁਰੂ ਨੂੰ ਨਹੀਂ ਮਾਰਾਂਗੇ, ਗੁਰੂ ਨੂੰ ਜ਼ਖਮੀ ਕਰਕੇ ਪਕੜ ਕੇ ਜਿਉਂਦਾ ਲੈ ਚੱਲਾਂਗੇ। ਜੇ ਕਰਹਿ ਬਹੁਤ ਸ਼ਸਤਰਨ ਪ੍ਰਹਾਰ, ਜੇ ਗੁਰੂ ਬਹੁਤਾ ਯੋਧਾ ਸ਼ਸਤਰ ਚਲਾਏਗਾ, ਹਥਿਆਰ ਮਾਰਦਾ ਹੈ ਸੰਘਾਰ, ਤਾਂ ਅਸੀਂ ਵੀ ਕੋਈ ਘੱਟ ਨਹੀਂ ਆ, ਅਸੀਂ ਵੀ ਤੇਗਾ ਮਾਰ ਕੇ ਉਹਨੂੰ ਜ਼ਖਮੀ ਕਰਾਂਗੇ ਜਾਂ ਜਾਨ ਤੋਂ ਮਾਰਾਂਗੇ। ਇਤ ਭਇਓ ਜੁੱਧ ਜੇਠੇ ਪ੍ਰਚੰਡ, ਇਧਰ ਭਾਈ ਜੇਠਾ ਜੀ ਜੁੱਧ ਕਰਕੇ ਸ਼ਹੀਦੀ ਪਾ ਗਏ। ਗੁਰਪੁਰੀ ਪਹੁੰਚ ਹੋਏ ਖੰਡ ਖੰਡ, ਟੋਟੇ ਟੋਟੇ ਹੋ ਕੇ ਗੁਰਪੁਰੀ ਨੂੰ ਚਾਲੇ ਪਾ ਗਏ। ਉਤ ਜਾਤੀ ਮਲਕ ਰਸਾਏ ਧਾਏ, ਉਧਰ ਗੁਰੂ ਘਰ ਦੇ ਪ੍ਰੋਧ ਪੰਡਿਤ ਜਾਤੀ ਮਲਕ ਜੀ ਵੀਰ ਰਸ ਆਏ, ਵੈਰੀ ਨਾਲ ਯੁੱਧ ਕਰ ਰਹੇ ਨੇ। ਜਹ ਸ਼ਮਸ ਬੇਗ ਤਹ ਅਗਰ ਜਾਏ, ਜਿਧਰ ਸ਼ਮਸ ਬੇਗ ਆ ਰਿਹਾ ਸੀ ਉਹਦੇ ਸਾਹਮਣੇ ਜਾ ਕੇ ਜਾਤੀ ਮਲਕ ਗਰਜਾ। ਸ਼ਮਸ਼ ਬੇਗ ਲਲਾ ਬੇਗ ਦਾ ਛੋਟਾ ਪੁੱਤਰ ਹੈ, ਕਾਸ਼ਮ ਬੇਗ ਵੱਡਾ ਸੀ, ਸ਼ਮਸ਼ ਛੋਟਾ ਸੀ। ਸ਼ਮਸ਼ ਦੇ ਸਾਹਮਣੇ ਜਾਤੀ ਮਲਕ ਜਾ ਗਰਜਿਆ, ਖੈਂਚੀ ਕਮਾਨ ਮਾਰੇ ਖਤੰਗ, ਔਰ ਕਮਾਨ ਚੋਂ ਖਿੱਚ ਖਿੱਚ ਤੀਰ ਚਲਾਉਂਦੇ ਜਾਤੀ ਮਲਕ ਜੀ। ਲੱਗ ਗਏ ਪਾਰ ਪਹਿ ਫੋਰ ਅੰਗ, ਵੈਰੀ ਨੂੰ ਪਾੜ ਪਾੜ ਸੁੱਟਦੇ ਹਨ, ਚਰਟ ਚੰਟ ਚਾਪ ਮੁਕ ਤੰਤ ਤੀਰ, ਤੇ ਕਮਾਨ ਚਿਰੜ ਚਿਰੜ ਕਰਦੇ ਜਦੋਂ ਤੀਰ ਨਿਕਲਦੇ ਹਨ ਵਿੱਚੋਂ। ਖਰ ਖਰ ਡੰਤ ਖੋਲ ਪਰ ਡੰਤ ਭੀਰ, ਕਹਿੰਦੇ ਪੱਥਿਆਂ ਦੇ ਵਿੱਚੋਂ ਕਹਿੰਦੇ ਖਾਲੀ ਤੀਰਾਂ ਦੇ ਪੱਥੇ ਰਹਿ ਜਾਂਦੇ ਆ ਜਦੋਂ ਉਦੋਂ ਖੜਕਦੇ ਹਨ। ਟਰਡੰਤ ਢਾਲ ਸੜਕੰਤ ਤੇਗ, ਔਰ ਢਾਲਾਂ ਟੜੰ ਤੜੰ ਕਰਦੀਆਂ ਹਨ ਤੇ ਤੇਗਾਂ ਛਾੜ ਛਾੜ ਕਰਦੀਆਂ, ਜਿਵੇਂ ਚੰਡੀ ਦੀ ਵਾਰ ਚ ਆਉਂਦਾ ਨਾ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ। ਇਸ ਤਰ੍ਹਾਂ ਮੈਦਾਨੇ ਜੰਗ ਵਿੱਚ ਸ਼ਸਤਰ ਚੱਲ ਰਹੇ ਨੇ, ਛੁਟਕੰਤ ਲਹੂ ਦਰਡੰਤ ਬੇਗ, ਲਹੂ ਦੇ ਪਰਨਾਲੇ ਵਗ ਰਹੇ ਨੇ ਤੇ ਯੋਧੇ ਦਰੜ ਦਰੜ ਕਰਦੇ ਘੋੜਿਆਂ ਥੱਲੇ ਮਰ ਰਹੇ ਨੇ। ਪਹਿਰੰਤ ਮਰਤ ਪਹਿਰੰਤ ਭਾਗ, ਕਈ ਕਹਿੰਦੇ ਲੜ ਕੇ ਮਰ ਰਹੇ ਨੇ ਤੇ ਕਈ ਕਾਇਰ ਭੱਜ ਰਹੇ ਨੇ। ਬਹਿਕੰਤ ਖੜਗ ਜਿਨ ਸ਼ਰੋਣ ਲਾਗ, ਕਹਿੰਦੇ ਤਲਵਾਰਾਂ ਵਹਿ ਰਹੀਆਂ ਨੇ ਤੇ ਲਹੂ ਨਾਲ ਲਿਬੜ ਰਹੀਆਂ ਨੇ। ਮਚੀ ਮਾਰ ਘਮਸਾਨ, ਇਸ ਤਰ੍ਹਾਂ ਘਮਸਾਨ ਦਾ ਯੁੱਧ ਮਚਿਆ ਹੈ। ਗਿਰਤ ਬੀਰ ਅਰ ਤੁਰਗ ਜਾਲ, ਕਹਿੰਦੇ ਬਹੁਤ ਸਾਰੇ ਸੂਰਮੇ ਦੇ ਘੋੜੇ ਧਰਤੀ ਤੇ ਡਿੱਗ ਰਹੇ ਨੇ। ਨੇਰ ਮਲਕ ਜਾ ਤੀਰ ਸਾਏ, ਭਾਈ ਜਾਤੀ ਮਲਕ ਜੀ ਸੱਚੇ ਪਾਤਸ਼ਾਹ ਦੀ ਫੌਜ ਦੇ ਸ਼੍ਰੋਮਣੀ ਯੋਧੇ
ਸ਼ਮਸ਼ ਬੇਗ ਦੇ ਕੋਲ ਪਹੁੰਚ ਗਏ। ਸ਼ਮਸ਼ ਬੇਗ ਕੇ ਕਹਲ ਕਹਾਏ, ਉਹ ਸ਼ਮਸ਼ ਬੇਗ ਤੇ ਤੀਰਾਂ ਦੀ ਵਰਖਾ ਕੀਤੀ ਹੈ, ਕਰ ਟਹਲ ਅਗਰ ਨਿਜ ਕੋ ਬਚਾਏ। ਉਹ ਆਪਣੇ ਬਾਪ ਨੂੰ ਵੀ ਬਚਾਉਂਦਾ ਹੈ ਸ਼ਮਸ਼ ਬੇਗ। ਹੋਏ ਗਏ ਦੂਰ ਬਾਜ਼ੀ ਤਬਾਏ, ਘੋੜਾ ਘੋੜਾ ਦੌੜਾ ਕੇ ਦੂਰ ਹੋ ਗਿਆ। ਆਪਣਾ ਆਪ ਕੋ ਬਲ ਸੰਭਾਲ, ਫਿਰ ਆਪਣਾ ਬਲ ਸੰਭਾਲ ਕੇ ਪਹਿਲਵਾਨ ਬਾਜ ਤੇ ਕਰ ਉਤਾਰ, ਫਿਰ ਘੋੜਾ ਦੌੜਾ ਕੇ ਆਇਆ। ਟਿਕ ਭਇਓ ਆਏ ਕਰ ਖੜਗ ਨੰਗ, ਬਾਈ ਜਾਤੀ ਬਲਗ ਦੇ ਕੋਲ ਨੰਗੀ ਤੇਗ ਲੈ ਕੇ ਆਇਆ ਸ਼ਮਸ਼ ਬੇਗ। ਕਰ ਕੋ ਉਭਾਰ ਬਟ ਬੇਗ, ਬੜੇ ਜ਼ੋਰ ਦੇ ਨਾਲ ਹੱਥ ਉਭਾਰ ਕੇ, ਤਿੰਨੋ ਪ੍ਰਹਾਰ ਤਨ ਸਪੱਟ ਵਿਪਰ, ਉਹਨੇ ਤਲਵਾਰ ਦਾ ਵਾਰ ਕੀਤਾ। ਰਣ ਚੌਹਤ ਹੱਥ ਧਰ ਸਿਪਰ ਛਿਪਰ, ਔਰ ਬੜੀ ਛੇਤੀ ਦੇ ਨਾਲ ਭਾਈ ਸਾਹਿਬ ਨੇ ਢਾਲ ਤੇ ਬਾਹਰ ਰੋਕ ਲਿਆ। ਲੀਨਸ ਬਚਾਏ ਆਪਣ ਸਰੀਰ, ਆਪਣਾ ਸਰੀਰ ਬਚਾ ਲਿਆ। ਔਰ ਭਇਓ ਕੋਪ ਬਿਨ ਤਰਾਸ ਤੀਰ, ਪਰ ਕਹਿੰਦੇ ਬੜੇ ਗੋਸ਼ ਵਿੱਚ ਜੋਸ਼ ਵਿੱਚ ਆ ਕੇ ਬਿਨਾਂ ਭੈ ਦੇ, ਅਤ ਨਿਕਟ ਤਰੰਗ ਲੜ ਆਪ ਮਾਹੇ, ਨੇੜੇ ਹੋ ਗਏ ਤੇ ਘੋੜੇ ਵੀ ਆਪਸ ਚ ਲੜਨ ਲੱਗੇ। ਤਿਜ ਕੋ ਬਲੰਦ ਅਰ ਥੁਕੀਏ ਨਾਹੇ, ਕਹਿੰਦੇ ਨਾ ਥੱਕਦੇ ਨੇ ਦੋਵੇਂ ਹੀ ਸੂਰਮੇ। ਹਟ ਤੁਰਤ ਪਛੰਤਾ ਮਾਰ ਦੀਨ, ਕਹਿੰਦੇ ਘੋੜਾ ਪਿਛਾ ਹਟਿਆ ਤੇ ਘੋੜੇ ਨੇ ਪਛੰਡਾ ਮਾਰਿਆ। ਘੋੜੇ ਵੀ ਲੜ ਪੈਂਦੇ ਆਪਸ, ਘੋੜਿਆਂ ਦਾ ਕੀ ਹਥਿਆਰ ਹੁੰਦਾ? ਪਛੰਡਾ। ਘੋੜੇ ਨੇ ਪਛੰਡਾ ਮਾਰਿਆ। ਬਲੀ ਤੁਰਕ ਕੋ ਥਕ ਤਕੀਨ, ਕਹਿੰਦੇ ਭਾਈ ਜਾਤੀ ਮਰਗ ਦੇ ਘੋੜੇ ਨੇ ਜਦੋਂ ਪਛੰਡਾ ਮਾਰਿਆ ਨਾ, ਤੇ ਸ਼ਮਸ਼ ਬੇਗ ਦਾ ਘੋੜਾ ਇੱਕ ਵਾਰੀ ਤੇ ਹਿਲਾ ਕੇ ਰੱਖ ਦਿੱਤਾ। ਲੱਗ ਸ਼ਮਸ਼ ਬੇਗ ਕੀ ਜਾਂਗ ਚੋਟ, ਤੇ ਕਹਿੰਦੇ ਸ਼ਮਸ਼ ਬੇਗ ਦੀ ਲੱਤ ਦੇ ਉੱਤੇ ਪਛੰਡਾ ਵੱਜਿਆ, ਨਾਲੇ ਘੋੜੇ ਨੂੰ ਵੱਜਿਆ, ਘੋੜੇ ਦੀ ਵੱਖੀ 'ਚ ਵੱਜਿਆ, ਅਤੇ ਇੱਥੇ ਨਾਲ ਹੀ ਵੱਖੀ ਦੇ ਲੱਤ ਹੁੰਦੀ ਹੈ, ਉੱਥੇ ਇਹਦੀ ਲੱਤ ਵੀ ਜਿਹੜੀ ਹੈ ਨਾ ਥੋੜ੍ਹੀ ਜ਼ਖਮੀ ਹੋ ਗਈ। ਕਰ ਰਹੇ ਯਤਨ ਹੋਏ ਕਹਾਂ ਓਟ, ਕਹਿੰਦੇ ਯਤਨ ਤਾਂ ਕੀਤਾ ਬਚਣ ਦਾ, ਪਰ ਬਚ ਨਹੀਂ ਸਕਿਆ ਸ਼ਮਸ਼ ਬੇਗ। ਤਿਜ ਸ਼ੀਘਰ ਧਾਰ ਹੈ ਤਾੜ ਫੇਰ, ਕਹਿੰਦੇ ਪੰਡਿਤ ਜੀ ਨੇ ਬੜੀ ਫੁਰਤੀ ਦੇ ਨਾਲ ਉਹਨ ਕਰਿਓ ਆਨ ਕਰ ਤੁਰਕ ਨੇਰ, ਫਿਰ ਨੇੜੇ ਆ ਕੇ ਤੁਰਕ ਦੇ ਮਾਰਿਓ ਕਿਰਪਾਨ ਲਗ ਕੰਠ ਝੁਕਾਏ, ਕਹਿੰਦੇ ਕੰਠ 'ਚ ਤਲਵਾਰ ਦਾ ਵਾਰ ਗਰਦਨ ਤੇ ਕੀਤਾ। ਸਿਰ ਪਰਿਓ ਜਾਏ ਪਹੁ ਪਰ ਲੁਠਾਏ, ਸ਼ਮਸ਼ ਬੇਗ ਦਾ ਦੁਹਾਣੇ ਵਰਗਾ ਸਿਰ ਵੱਢ ਕੇ ਉਹ ਸੁੱਟਿਆ। ਜਿਵੇਂ ਪੱਕੇ ਹੋਏ ਫਲ ਡਾਲ ਸੰਗ, ਜਿਵੇਂ ਕਿਸੇ ਡਾਲੀ ਨਾਲ ਪੱਕਿਆ ਹੋਇਆ ਫਲ ਤੋੜ ਲਈਦਾ ਹੈ। ਇਸ ਹਤ ਹੈ ਲਸ਼ਕਟਾ ਗ੍ਰਹਿ ਭੰਗ, ਉਹ ਡੰਡਾ ਮਾਰੀਏ ਤੇ ਉਹ ਫਲ ਡਿੱਗ ਪੈਂਦਾ ਥੱਲੇ। ਧਰ ਸਹਿਤ ਤਰੰਗ ਚ ਅੱਗੇ ਚਲਾਂ ਤੋਂ, ਕਹਿੰਦੇ ਧੜ ਉੱਤੇ ਰਹਿ ਗਿਆ, ਸਿਰ ਉੱਡ ਗਿਆ, ਤਲਵਾਰ ਨਾਲ ਸਿਰ ਲਾਹਤਾ ਜਾਤੀ ਮਲਕ ਨੇ। ਸ਼ਮਸ਼ ਬੇਗ ਦਾ ਧੜ ਘੋੜੇ ਸਮੇਤ ਉੱਥੇ ਤੱਕ ਦੌੜ ਕੇ ਗਿਆ। ਪਗ ਫਸੇ ਰਕਾਬਨ ਮਹਿ ਗਿਰਾਂ ਤੋਂ, ਫਿਰ ਥੱਲੇ ਡਿੱਗਣਾ ਹੀ ਸੀ, ਉਹ ਡਿੱਗ ਗਿਆ ਤੇ ਉਹਦੇ ਪੈਰ ਜਿਹੜੇ ਸੀ ਨਾ ਸ਼ਮਸ਼ ਬੇਗ ਦੇ ਰਕਾਬ 'ਚ ਫਸਿਆ ਰਹਿ ਗਿਆ। ਉਹਦੀ ਲਾਸ਼ ਨੂੰ ਘੋੜਾ ਘੜੀਸਦਾ ਫਿਰਦਾ ਹੈ। ਜਬ ਚੱਲਿਓ ਅਗਰ ਤਰ ਲਟਕ ਆਏ, ਜਦੋਂ ਘੋੜਾ ਅਗਾਂ ਨੂੰ ਦੌੜਿਆ ਤੇ ਲਾਸ਼ ਪਿੱਛੇ ਘੜੀਸਣ ਲੱਗੀ। ਤਿਬ ਕਿਉ ਤਰੰਗ ਕਰ ਬੇਗ ਧਾਏ, ਤੇ ਘੋੜਾ ਡਰ ਗਿਆ ਤੇ ਹੋਰ ਤੇਜ਼ੀ ਨਾਲ ਦੌੜਨ ਲੱਗਾ। ਜਿਉਂ ਜਿਉਂ ਚਲੰਤ ਐ ਚੋਸ ਹੋ ਜਾਏ, ਜਿਵੇਂ ਜਿਵੇਂ ਘੋੜਾ ਦੌੜਦਾ ਹੈ ਤਿਉਂ ਤਿਉਂ ਲਾਸ਼ ਘੜੀਸਦੀ ਜਾਂਦੀ ਹੈ। ਤਿਉਂ ਤਿਉਂ ਤਰਸੰਤ ਸ਼ਬਦ ਜੋ ਉਠਾਏ, ਉਹ ਕਹਿੰਦੇ ਵੇਖਣ ਵਾਲੇ ਵੀ ਡਰ ਗਏ ਨੇ, ਭੈ ਭੀਤ ਹੋ ਗਏ ਨੇ। ਟਿਕ ਹੈ ਕਿਤੋਂ ਭਜਿਓ ਫਿਰੰਤ, ਕਹਿੰਦੇ ਕਿਤੇ ਘੋੜਾ ਰੁਕਦਾ ਹੀ ਨੀ, ਡਰ ਗਿਆ ਹੈ ਘੋੜਾ ਵੀ। ਧਰ ਕੋ ਕਸੀਟ ਅਤਿਸ਼ਾ ਡਰੰਤ, ਉਹਦੇ ਧੜ ਨੂੰ ਸ਼ਮਸ਼ ਬੇਗ ਦੀ ਲਾਸ਼ ਨੂੰ ਘੜੀਸ ਘੜੀਸ ਕੇ ਦੂਜਿਆਂ ਨੂੰ ਵੀ ਡਰਾ ਰਿਹਾ ਹੈ। ਸਭ ਸੈਨ ਬਿਖੈ ਇਤ ਉਤ ਸੋ ਜਾਏ, ਸਾਰੀ ਫੌਜ ਦੇ ਵਿੱਚ ਫਿਰਿਆ ਘੋੜਾ ਸ਼ਮਸ਼ ਬੇਗ ਦੀ ਲਾਸ਼ ਲੈ ਕੇ। ਜਹਨ ਲਲਾ ਬੇਗ ਕਰ ਲਸ਼ਟ ਪਾਏ, ਜਿੱਥੇ ਲਲਾ ਬੇਗ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ, ਯੁੱਧ ਕਰ ਰਿਹਾ ਸੀ, ਉੱਥੇ ਉਹਦੇ ਪੁੱਤਰ ਦੀ ਲਾਸ਼ ਆ ਗਈ। ਘੋੜਾ ਪਛਾਣ ਤਰ ਲਟਕ ਦੇ, ਘੋੜਾ ਪਛਾਣ ਕੇ ਤੇ ਬਿਨਾਂ ਸਿਰ ਦੇ ਧੜ ਲਟਕਦਾ ਪੁੱਤਰ ਦਾ ਵੇਖਿਆ। ਮਰ ਗਏ ਜਾਨ ਸ਼ੋਕਤ, ਮਾਨੋ ਲਲਾ ਬੇਗ ਉੱਥੇ ਹੀ ਮਰ ਗਿਆ, ਮੰਨ ਲਓ ਉਹਦੇ ਅੰਦਰ ਹੌਸਲਾ ਬਿਲਕੁਲ ਹੀ ਨਹੀਂ ਰਿਹਾ ਹੁਣ।
ਮੁਗਲ ਹੇਰ ਕਹਿ ਅਸ ਚਿਨਾਰ। ਕਹਿੰਦੇ ਨਾਲ ਦੇ ਮੁਗਲਾਂ ਨੇ ਪਛਾਣ ਲਿਆ ਘੋੜਾ, ਇਹੋ ਸ਼ਮਸ ਬੇਗ ਕੇ ਤਰ ਉਦਾਰ। ਇਹ ਘੋੜਾ ਤੇ ਸ਼ਮਸ ਬੇਗ ਦੇ ਥੱਲੇ ਸੀ, ਮੁੰਡ ਸੰਗ ਲਟਕੰਤ ਰੁੰਡ। ਪਰ ਇਹਦਾ ਤੇ ਸਿਰ ਕਿੱਥੇ ਗਿਆ, ਲੱਗਦਾ ਸਿਰ ਸਿੱਖਾਂ ਨੇ ਲਾਹ ਦਿੱਤਾ। ਫਿਰ ਮਰਿਓ ਹੋਏ ਰਣ ਮੈਂ ਪ੍ਰਚੰਡ, ਮਾਰਿਆ ਗਿਆ ਹੈ ਸ਼ਮਸ ਬੇਗ ਵੀ ਕਾਸ਼ਮ ਬੇਗ ਦੀ ਤਰ੍ਹਾਂ। ਤਬ ਕਹਿਓ ਤਾਹੇ ਤੁਮ ਲਖਿਓ ਜਾਓਏ, ਕਹਿਣ ਲੱਗੇ ਜੋ ਤੁਸੀਂ ਵੇਖਿਆ ਹੈ। ਬਿਨ ਮੂੰਡ ਤਰੰਗ ਜੁਤ ਰੁੰਡ ਸੋਏ, ਕਹਿੰਦੇ ਇਹਦਾ ਸਿਰਫ ਧਾੜੀ ਰਹਿ ਗਿਆ, ਸਿਰ ਕਿੱਥੇ ਹੈ। ਗਤ ਹੋਤ ਪਟਨ ਕੀ ਜਿਮ ਸੋ ਜੰਗ, ਕਹਿਣ ਲੱਗੇ ਸੂਰਮਿਆਂ ਦੀ ਇਹੀ ਹਾਲਤ ਹੁੰਦੀ ਹੈ, ਸੂਰਮਿਆਂ ਨੂੰ ਇਹੀ ਅਖੀਰ ਦੇ ਵਿੱਚ ਜੰਗ ਵਿੱਚ ਏਦਾਂ ਹੀ ਹੁੰਦਾ ਹੈ। ਸੋ ਭਈ ਲਖੋ ਕਟ ਜਾਹੇ ਅੰਗ, ਕਹਿੰਦੇ ਏਦਾਂ ਹੀ ਸੂਰਮਿਆਂ ਦੇ ਅੰਗ ਕੱਟੇ ਜਾਂਦੇ ਹਨ। ਸੁਨ ਲਲਾ ਬੇਗ ਕੇ ਸ਼ੋਕ ਪਹਾੜ, ਪਿਓ ਨੂੰ ਇਹ ਦੋਵਾਂ ਪੁੱਤਰਾਂ ਦੀ ਮੌਤ ਨੇ ਡੋਬ ਕੇ ਰੱਖ ਦਿੱਤਾ। ਪਰਿਵਾਰ ਮੋਰ ਨਰ ਭੇ ਸੰਘਾਰ, ਕਹਿਣ ਲੱਗਾ ਮੇਰਾ ਪਰਿਵਾਰ ਹੀ ਮੁੱਕ ਗਿਆ, ਮੇਰਾ ਭਰਾ ਵੀ ਚਲਾ ਗਿਆ, ਮੇਰਾ ਭਾਣਜਾ ਚਲਾ ਗਿਆ, ਮੇਰੇ ਪੁੱਤਰ ਚਲੇ ਗਏ। ਜਾਨੀ ਨਾ ਰੀਤ ਇਮ ਮੋਹੇ ਹੋਵੇ, ਮੈਂ ਨਹੀਂ ਸੀ ਸੋਚਦਾ ਮੇਰੇ ਨਾਲ ਏਦਾਂ ਹੋਵੇਗੀ। ਲੜ ਬੇ ਫਰੇਸ਼ ਤੇ ਸੰਗ ਜੋਏ, ਕਹਿੰਦੇ ਮੈਂ ਲੱਗਦਾ ਮੇਰੇ ਸਾਹਮਣੇ ਫਰੇਸ਼ ਤੇ ਲੜ ਰਹੇ ਨੇ, ਬੰਦੇ ਨਹੀਂ ਲੜ ਰਹੇ। ਇਹ ਕਰਨ ਹਾਰ ਕਿਆਮਤ ਬਿਲੰਦ, ਇਹ ਉਹ ਫਰਿਸ਼ਤੇ ਨੇ ਜਿਹੜੇ ਕਿਆਮਤ ਕਰ ਸਕਦੇ ਨੇ, ਪਰਲੋ ਕਰ ਸਕਦੇ ਨੇ। ਇਹ ਸਕਿਓ ਜਾਨ ਲਖ ਸੈਨ ਬ੍ਰਿੰਦ, ਕਹਿੰਦੇ ਮੈਂ ਤਾਂ ਆਪਣੀ ਫੌਜ ਦਾ ਮਾਣ ਕਰਦਾ ਸੀ, ਮੇਰੇ ਕੋਲ ਬਹੁਤ ਫੌਜ ਹੈ। ਦਲ ਗੁਰੂ ਕੇਰ ਮੈਂ ਅਲਪ ਜਾਨ, ਮੈਂ ਗੁਰੂ ਦੀ ਫੌਜ ਨੂੰ ਥੋੜਾ ਸਮਝਦਾ ਸੀ। ਲਖ ਕਹਿ ਸੁਖੇਨ ਕਰ ਦਿਓ, ਛੇਤੀ ਮਾਰ ਲਵਾਂਗਾ। ਯਾਦਕ ਬਾਕ ਕਹਿ ਕਰ, ਇਹ ਸੋਚ ਕੇ ਆਇਆ ਸੀ ਤੇ ਇਉਂ ਕਹਿ ਕੇ ਰੋਣ ਲੱਗ ਪਿਆ। ਪਛਤਾਏ ਅਦਕ ਸੰਕਟ ਭਰੰਤ, ਬਹੁਤ ਪਛਤਾ ਕੇ ਸੰਕਟ ਚ ਦੁਖੀ ਹੋ ਰਿਹਾ ਲਲਾ ਬੇਗ। ਨਿਜ ਮ੍ਰਿਤ ਨਿਰਦੇ ਨਿਸ਼ਚੈ ਸੁਕੀਨ, ਮੇਰੀ ਮੌਤ ਵੀ ਹੁਣ ਨੇੜੇ ਹੈ, ਉਸ ਨੂੰ ਨਿਸ਼ਚੇ ਹੋ ਗਿਆ। ਆਨੰਦ ਜਿਉਣ ਦੀ ਆਸ ਵੀ ਖਤਮ ਹੋ ਗਈ ਤੇ ਮਨ ਦੀ ਖੁਸ਼ੀ ਖਤਮ ਹੋ ਗਈ। ਦੋਹਰਾ ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਲਲਾ ਬੇਗ ਹੁਣ ਮਹਾਰਾਜ ਨੂੰ ਲਲਕਾਰੇਗਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਲਲਾ ਬੇਗ ਦੀ ਸਮਾਪਤੀ ਕਰਕੇ ਜੰਗ ਦੀ ਸਮਾਪਤੀ ਕਰਨਗੇ। ਕੱਲ੍ਹ ਨੂੰ ਆਪਾਂ ਇਤਿਹਾਸ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ